ਅੰਗਰੇਜ਼ਾਂ ਨੇ ਖਾਲਸੇ ਦਾ ਇਤਿਹਾਸ ਪੁੱਛਿਆ ਸੀ, ਭਾਈ ਰਤਨ ਸਿੰਘ ਜੀ ਦੱਸ ਰਹੇ ਨੇ, ਔਰ ਉਹ ਸਮਾਂ ਦੱਸ ਰਹੇ ਨੇ ਜਿਸ ਸਮੇਂ ਜ਼ਕਰੀਆ ਖਾਨ ਪੰਜਾਬ ਦੇ ਵਿੱਚ ਕੇਸਾਂ ਵਾਲਿਆਂ ਨੂੰ ਰਹਿਣ ਨਹੀਂ ਸੀ ਦਿੰਦਾ। ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦਿਓ ਆਪਣੇ ਦੇਸ਼। ਜ਼ਕਰੀਆ ਦੇ ਜ਼ੁਲਮਾਂ ਦੀ ਹੱਦ ਹੋ ਗਈ ਸੀ। ਉਹਨੇ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਵਰਗੇ ਮਹਾਂਪੁਰਸ਼ਾਂ ਨੂੰ ਵੀ ਨਹੀਂ ਸੀ ਛੱਡਿਆ। ਬੜੇ ਬੜੇ ਮਹਾਨ ਸਿੰਘਾਂ ਨੂੰ ਬੰਦ ਬੰਦ ਕੱਟ ਕੇ ਔਰ ਤੋਪਾਂ ਅੱਗੇ ਉਡਾ ਕੇ, ਚਰੱਖੜੀਆਂ 'ਤੇ ਚਾੜ ਕੇ, ਔਰ ਇਹ ਵੀ ਇਤਿਹਾਸ ਮਿਲਦਾ ਹੈ ਵੀ ਜਿਉਂਦੇ ਸਿੰਘਾਂ ਨੂੰ ਟੋਏ ਦੇ ਵਿੱਚ ਦੱਬ ਕੇ ਉੱਤੇ ਮਿੱਟੀ ਪਾ ਕੇ ਇਸ ਤਰੀਕਿਆਂ ਨਾਲ ਉਹ ਮਾਰਦਾ ਸੀ, ਸ਼ਹੀਦ ਕਰਦਾ ਸੀ। ਸੋ ਸਾਧ ਸੰਗਤ ਜੀ, ਉਸ ਜ਼ੁਲਮ ਦੀ ਕਹਾਣੀ ਦਾ ਇਹ ਇਤਿਹਾਸ ਭਾਈ ਸਾਹਿਬ ਰਤਨ ਸਿੰਘ ਜੀ ਨੇ ਲਿਖਿਆ ਹੈ। ਫਿਰ ਇੱਕ ਦਿਨ ਜ਼ਕਰੀਆ ਖਾਨ ਨੇ ਮੀਟਿੰਗ ਸੱਦੀ, ਸਾਰੇ ਆਪਣੇ ਮੁਰਖਈਏ ਨੂੰ ਇਕੱਠਾ ਕੀਤਾ। ਪੰਜਾਬ ਦੇ ਜਿਹੜੇ ਚੌਧਰੀ ਸਨ ਇਲਾਕਿਆਂ ਦੇ, ਜਿਵੇਂ ਅੱਜ ਕੱਲ੍ਹ DC ਹੁੰਦੇ ਹਨ, ਉਦੋਂ ਚੌਧਰੀਆਂ ਕੋਲ ਪਰਗਣੇਦਾਰਾਂ ਕੋਲ ਹੁੰਦਾ ਸੀ। ਉਹ ਆਪਣੇ ਆਪਣੇ ਪਰਗਣੇ ਦਾ ਹਿਸਾਬ ਕਿਤਾਬ ਰੱਖਦੇ ਸਨ। ਉਹ ਪਰਗਣੇਦਾਰ ਆਏ, ਚੌਧਰੀ ਆਏ, ਸਾਹਿਬ ਰਾਏ, ਨਸ਼ਹਿਰੇ ਵਾਲਾ, ਰਾਮਾ ਰੰਧਾਵਾ, ਹਰਭਗਤ ਨਿਰੰਜਨੀਆਂ, ਹੋਰ ਵੀ ਬੜੇ ਮੁਖਬਰ ਟੋਡੀ ਜਿਹੜੇ ਸਰਕਾਰ ਦੇ ਪੱਖੀ ਸਨ ਇਕੱਠੇ ਹੋਏ। ਜ਼ਕਰੀਆ ਨੇ ਪੁੱਛਿਆ ਵੀ ਤੁਸੀਂ ਸਾਰੇ ਮੇਰੇ ਤੋਂ ਪੈਸੇ ਵੀ ਲੈਂਦੇ ਹੋ, ਵੀ ਸਿੰਘਾਂ ਨੂੰ ਖਤਮ ਕਰ ਦਿਆਂਗੇ, ਫਿਰ ਵੀ ਸਿੰਘ ਖਤਮ ਕਿਉਂ ਨਹੀਂ ਹੋ ਰਹੇ? ਸਿੰਘਾਂ ਨੂੰ ਰੋਟੀ ਕਿੱਥੋਂ ਮਿਲਦੀ ਹੈ? ਤੁਸੀਂ ਕਹਿੰਦੇ ਹੋ ਵੀ ਸਿੰਘਾਂ ਨੂੰ ਅਸੀਂ ਘਰਾਂ 'ਚ ਨਹੀਂ ਰਹਿਣ ਦਿੱਤਾ, ਸਿੰਘ ਜੰਗਲਾਂ 'ਚ ਲੁੱਕ ਛਿਪ ਕੇ ਟਾਈਮ ਕੱਟਦੇ ਨੇ, ਪਰ ਜੰਗਲਾਂ 'ਚ ਰੋਟੀ ਕਿੱਥੋਂ ਖਾਂਦੇ ਨੇ? ਸਿੰਘਾਂ ਨੂੰ ਕੌਣ ਰੋਟੀ ਪਹੁੰਚਾਉਂਦਾ ਹੈ? ਹਰਭਗਤ ਨਿਰੰਜਨੀਆਂ ਕਹਿਣ ਲੱਗਾ, ਸਿੰਘਾਂ ਨੂੰ ਰੋਟੀ ਪੰਜਾਬ ਦੇ ਲੋਕ ਪਹੁੰਚਾਉਂਦੇ ਨੇ। ਉਹ ਆਪਣੇ ਘਰਾਂ ਵਿੱਚ ਬੜੀ ਗਰੀਬੀ ਨਾਲ ਗੁਜ਼ਾਰਾ ਕਰਦੇ ਨੇ, ਆਪ ਰੁੱਖਾ ਮਿੱਸਾ ਖਾ ਕੇ ਫਿਰ ਵੀ ਬਚਾ ਕੇ ਸਿੰਘਾਂ ਨੂੰ ਰੋਟੀ ਪਹੁੰਚਾਉਂਦੇ ਨੇ। ਆਪ ਨੰਗੇ ਰਹਿ ਕੇ ਰਾਤ ਨੂੰ ਅੱਗ ਸੇਕ ਲੈਂਦੇ ਨੇ। ਸਿਆਲ ਦੇ ਦਿਨਾਂ 'ਚ ਲੋਕ ਪਰ ਸਿੰਘਾਂ ਵਾਸਤੇ ਕੰਬਲ ਖੇਸ ਬਣਾ ਬਣਾ ਕੇ ਜੰਗਲਾਂ 'ਚ ਭੇਜਦੇ ਨੇ। ਔਰ ਇੱਥੋਂ ਤੱਕ ਵੀ ਪੰਜਾਬ ਦੀਆਂ ਮਾਈਆਂ ਆਪ ਚੱਕੀ ਪੀਸ ਕੇ ਲੋਕਾਂ ਦੇ ਘਰਾਂ ਵਿੱਚ ਥੋੜ੍ਹਾ ਜਿਹਾ ਆਟਾ ਜਿਹੜਾ ਆਪਣੇ ਘਰ ਲਈ ਲੈ ਕੇ ਆਉਂਦੀਆਂ ਨੇ, ਉਹਦੇ ਵਿੱਚੋਂ ਵੀ ਇੱਕ ਦੋ ਪ੍ਰਸ਼ਾਦੇ ਸਿੰਘਾਂ ਵਾਸਤੇ ਬਣਾ ਕੇ ਜੰਗਲਾਂ 'ਚ ਭੇਜਦੀਆਂ ਨੇ। ਹਰ ਇੱਕ ਪੰਜਾਬ ਦਾ ਹਿੰਦੂ ਅਤੇ ਮੁਸਲਮਾਨ ਸਿੱਖਾਂ ਦੀ ਮਦਦ ਕਰਦਾ ਹੈ। ਜ਼ਕਰੀਆ ਬੜਾ ਹੈਰਾਨ ਹੋਇਆ, ਕਹਿਣ ਲੱਗਾ ਕੋਈ ਮਿਸਾਲ ਦਿਓ। ਹਰਭਗਤ ਨਿਰੰਜਨੀਆ ਕਹਿਣ ਲੱਗਾ, ਮਿਸਾਲ ਹੈ ਮੇਰੇ ਇਲਾਕੇ 'ਚ ਇੱਕ ਪੂਲਾ ਪਿੰਡ ਹੈ, ਉੱਥੇ ਇੱਕ ਨੌਜਵਾਨ ਰਹਿੰਦਾ, ਤਾਰੂ ਸਿੰਘ ਉਹਦਾ ਨਾਮ ਹੈ। ਤਾਰੂ ਸਿੰਘ ਉਹ ਬਾਗੀਆਂ ਦਾ ਬੜਾ ਮਦਦਗਾਰ ਹੈ, ਇੱਕ ਉਹਦੀ ਮਾਂ ਹੈ, ਇੱਕ ਉਹਦੀ ਭੈਣ ਹੈ, ਤਿੰਨੇ ਜੀ ਹਨ ਘਰ ਦੇ ਵਿੱਚ, ਨਾ ਪਿਓ ਹੈ ਨਾ ਉਹਦਾ ਕੋਈ ਹੋਰ ਭਰਾ ਹੈ, ਇਕੱਲਾ ਹੀ ਉਹ ਖੇਤੀਬਾੜੀ ਕਰਕੇ ਆਪਣੇ ਮਾਂ ਦੀ ਅਤੇ ਆਪਣੀ ਭੈਣ ਦੀ ਪਾਲਣਾ ਕਰਦਾ ਹੈ, ਅਤੇ ਆਏ ਗਏ ਸਿੱਖਾਂ ਨੂੰ ਰੋਟੀ ਵੀ ਪਹੁੰਚਾਉਂਦਾ ਹੈ। ਰਾਤ ਅੱਧੀ ਨੂੰ ਜਾ ਕੇ ਟੋਕਰਾ ਪ੍ਰਸ਼ਾਦਿਆਂ ਦਾ ਪਕਾ ਕੇ ਦਾਲ ਦਾ ਗੜਵਾ ਸਿੰਘਾਂ ਨੂੰ ਦੇ ਕੇ ਆਉਂਦਾ ਹੈ। ਇੱਕ ਹੋਰ ਬੜਾ ਦੰਗਈ ਹੈ ਜਿਹਦਾ ਨਾਮ ਮਹਿਤਾਬ ਸਿੰਘ ਹੈ, ਜਿਹਨੇ ਤੁਹਾਡਾ ਚੌਧਰੀ ਮਸਾ
ਪੰਜ ਸਾਲ ਪਹਿਲਾਂ ਕਤਲ ਕੀਤਾ ਸੀ, ਅਜੇ ਤੱਕ ਉਹ ਵੀ ਕਾਬੂ ਨਹੀਂ ਆਇਆ। 25-30 ਬੜੇ ਗੱਭਰੂ ਨੌਜਵਾਨ ਲੜਾਕੇ ਸੂਰਬੀਰ ਯੋਧਿਆਂ ਦਾ ਜਥਾ ਉਹਦੇ ਨਾਲ ਰਹਿੰਦਾ ਹੈ। ਉਹ ਗੱਭਰੂ ਰਾਤ ਨੂੰ ਘੋੜਿਆਂ 'ਤੇ ਨਿਕਲ ਕੇ ਸਾਡੇ ਖਜ਼ਾਨੇ ਲੁੱਟਦੇ ਨੇ। ਸਰਕਾਰੀ ਚੌਧਰੀਆਂ ਦੇ ਪਿੰਡਾਂ ਨੂੰ ਜਾ ਕੇ ਉਹ ਲੁੱਟਦੇ ਨੇ, ਸਾਡੇ ਘੋੜੇ ਖੋਲ੍ਹ ਕੇ ਲੈ ਜਾਂਦੇ ਨੇ, ਸਾਡਾ ਅਸਲਾ ਖੋਹ ਕੇ ਲੈ ਜਾਂਦੇ ਨੇ, ਸਾਡਾ ਰਾਸ਼ਨ ਪਾਣੀ ਚੁੱਕ ਕੇ ਲਿਜਾਂਦੇ ਨੇ। ਇਸ ਤਰ੍ਹਾਂ ਇਹਨਾਂ ਸਿੰਘਾਂ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਸਾਡੇ ਕੋਲ ਹਨ। ਜ਼ਕਰੀਆ ਖਾਨ ਕਹਿਣ ਲੱਗਾ, ਫਿਰ ਲਿਆਓ ਉਹਨਾਂ ਦੋਵਾਂ ਨੂੰ ਫੜ ਕੇ, ਮਹਿਤਾਬ ਸਿੰਘ ਨੂੰ ਤਾਂ ਤੂੰ ਜਾ ਕੇ ਲੈ ਕੇ ਆ, ਜੇ ਉਹਦੇ ਕੋਲ ਫੌਜ ਦੀ ਟੁਕੜੀ ਹੈ ਤਾਂ ਤੂੰ ਜਿੰਨੀ ਮਰਜ਼ੀ ਫੌਜ ਮੇਰੇ ਤੋਂ ਲੈ ਜਾ। ਜੰਡਿਆਲੇ ਵਾਲੇ ਹਰ ਭਗਤ ਨਿਰੰਜਨੀਏ ਦੀ ਡਿਊਟੀ ਲਾਈ ਗਈ ਵੀ ਤੂੰ ਭਾਈ ਮਹਿਤਾਬ ਸਿੰਘ ਨੂੰ ਜਿਉਂਦਾ ਪੇਸ਼ ਕਰਨਾ, ਅਤੇ ਤਾਰੂ ਸਿੰਘ ਨੂੰ ਲੈ ਕੇ ਆਉਣਾ। ਉਹਦੇ ਲਈ 20 ਬੰਦੇ ਹੀ ਬੜੇ ਹਨ ਕਿਉਂਕਿ ਉਹ ਇਕੱਲਾ ਹੀ ਘਰ ਵਿੱਚ ਮਿਲ ਜਾਏਗਾ, ਪਰ ਮਹਿਤਾਬ ਸਿੰਘ ਕਿਉਂਕਿ ਉਹਦੇ ਨਾਲ ਫੌਜ ਹੈ ਸਿੰਘਾਂ ਦੀ, ਇਸ ਕਰਕੇ ਉਹਦੇ ਨਾਲ ਲੜਾਈ ਵੀ ਹੋ ਸਕਦੀ ਹੈ, ਤੁਸੀਂ ਟੁਕੜੀ ਫੌਜ ਦੀ ਵੱਡੀ ਲੈ ਕੇ ਜਾਓ। ਇਹ ਹੁਕਮ ਜ਼ਕਰੀਆ ਖਾਨ ਸੂਬੇਦਾਰ ਲਾਹੌਰ ਤੋਂ ਸੰਨ 1745 ਦੇ ਵਿੱਚ ਦੇ ਰਿਹਾ ਹੈ। ਸਾਧ ਸੰਗਤ ਜੀ ਸੁਣੋ ਕਥਾ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂ ਤਾਰੂ ਸਿੰਘ ਇਕੱਲਾ ਜੋ, ਹਾਂ ਤਾਰੂ ਸਿੰਘ ਤੇ ਇਕੱਲਾ ਹੀ ਹੈ, ਉਹਨੂੰ ਤਾਂ ਥੋੜੇ ਬੰਦੇ ਜਾ ਕੇ ਫੜ ਕੇ ਲਿਆ ਸਕਦੇ ਹਨ ਪਿੰਡ ਤੋਂ। ਇਹਦੀ ਜਾਇ ਲੈ ਆਵੇ ਸੋ, ਹਾਂ 10-20 ਸਿਪਾਹੀਆਂ ਦਾ ਥਾਣੇਦਾਰ ਦਾ ਇੱਕ ਕਾਫਲਾ ਭੇਜ ਦਿੰਦੇ ਹਾਂ, ਇਹਦੀ ਭੇਜ ਦਿੰਦੇ ਹਾਂ ਪਿਆਦੇ, ਉਹ ਤਾਰੂ ਸਿੰਘ ਨੂੰ ਬੰਨ ਕੇ ਲੈ ਆਉਣਗੇ। ਪੀਸ ਖੋਤੀ ਸੰਘ ਪਿਆ ਦੇ ਦਿਓ, ਆ ਜਿਹੜਾ ਇਹਦੀਆ ਭੇਜਣਾ ਹੈ ਥਾਣੇਦਾਰ ਭੇਜਣਾ ਹੈ, ਉਹਦੇ ਨਾਲ 20 ਕੁ ਸਿਪਾਹੀ ਬੜੇ ਹਨ। ਰਸਤਿਓ ਚੌਕਸ ਉਸ ਕਰ ਲੈ ਆਓ, ਰਸਤੇ 'ਚ ਚੌਕਸੀ ਕਰਕੇ ਲੈ ਆਉਣ, ਕਿਉਂਕਿ ਕਿਤੇ ਸਿੰਘਾਂ ਦਾ ਕੋਈ ਜਥਾ ਤਾਰੂ ਸਿੰਘ ਨੂੰ ਛੁਡਾ ਕੇ ਨਾ ਲੈ ਜਾਵੇ, ਇਸ ਗੱਲ ਦਾ ਵੀ ਖਿਆਲ ਰੱਖਣਾ ਪੈਂਦਾ ਹੈ। ਨਵਾਬਪੁਰ ਮਾਈ ਤਿਮਹੀ ਕਰੀ, ਜਿਵੇਂ ਨਵਾਬ ਜ਼ਕਰੀਆ ਖਾਨ ਨੇ ਗੱਲ ਕਹੀ ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਹੁਕਮ ਮੰਨਣਾ ਪੈਣਾ ਸੀ। ਸਾਰੇ ਪੰਜਾਬ ਦਾ ਮਾਲਕ ਸੀ ਜ਼ਕਰੀਆ, ਖਾਲਸੇ ਦਾ ਬੈਰੀ ਖਾਨ ਬਹਾਦਰ, ਇਹਨੂੰ ਖਾਨੂ ਵੀ ਇਹਨੂੰ ਹੀ ਕਹਿੰਦੇ ਆ ਸਿੰਘ। ਖਾਨੂ ਦੀ ਗੱਲ ਸੁਣ ਕੇ ਸਾਰੇ ਅਫਸਰ ਸਾਵਧਾਨ ਹੋ ਗਏ, ਜਿਨ੍ਹਾਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹ ਆਪਣੇ ਆਪਣੇ ਕੰਮ 'ਤੇ ਤੁਰ ਪਏ। ਤੁਰਤ ਦੋਨੋਂ ਪਰ ਫੌਜਾਂ ਚਰੀ, ਦੋਵਾਂ ਸਿੰਘਾਂ ਨੂੰ ਫੜਨ ਵਾਸਤੇ ਫੌਜਾਂ ਤੁਰ ਪਈਆਂ, ਇੱਕ ਤਾਂ ਭਾਈ ਮਹਿਤਾਬ ਸਿੰਘ ਨੂੰ ਫੜਨ ਵਾਸਤੇ ਕਿਉਂਕਿ ਉਹਨੇ ਮੱਸੇ ਰੰਗੜ ਦਾ ਕਤਲ ਕੀਤਾ ਸੀ 5 ਸਾਲ ਪਹਿਲਾਂ। ਉਸ ਤੋਂ ਬਾਅਦ ਭਾਈ ਮਹਿਤਾਬ ਸਿੰਘ ਪਿੰਡ ਨਹੀਂ ਸੀ ਗਿਆ, ਬਾਹਰ ਜੰਗਲਾਂ ਵਿੱਚ ਰਹਿੰਦਾ ਸੀ, ਕਦੀ ਬੀਕਾਨੇਰ ਚਲਾ ਜਾਂਦਾ ਸੀ ਅਤੇ ਕਦੀ ਪੰਜਾਬ 'ਚ ਆ ਕੇ ਵੀ ਉਹ ਘੋੜਿਆਂ ਦੀ ਕਾਠੀਆਂ ਦੇ ਹੀ ਸਿੰਘ ਰਹਿੰਦੇ ਸੀ, ਉਦੋਂ ਘਰਾਂ 'ਚ ਕਿੱਥੇ ਰਹਿਣਾ ਮਿਲਦਾ ਸੀ। ਸੋ ਕਹਿਣ ਲੱਗੇ ਬਈ ਉਹਨੂੰ ਫੜ ਕੇ ਲਿਆਓ, ਬੜੀ ਭਾਰੀ ਫੌਜ ਦੀ ਟੁਕੜੀ ਭਾਈ ਮਹਿਤਾਬ ਸਿੰਘ ਨੂੰ ਫੜਨ ਵਾਸਤੇ ਚੱਲ ਪਈ। ਇੱਕ ਜਥਾ ਜਥੇਦਾਰ ਭਾਈ ਸਾਹਿਬ ਭਾਈ ਤਾਰੂ ਸਿੰਘ ਨੂੰ ਫੜਨ ਤੁਰ ਪਿਆ। ਇਹਦੀਆਂ ਜਾਏ ਤਾਰੂ ਸਿੰਘ ਫੜਿਓ, ਭਾਈ ਤਾਰੂ ਸਿੰਘ ਦਾ ਫੜਨਾ ਸੌਖਾ ਸੀ ਕਿਉਂਕਿ ਉਹ ਆਪਣੇ ਘਰ ਵਿੱਚ ਸੀਗਾ, ਆਪਣੇ ਪਿੰਡ ਪੂਲੇ 'ਚ ਉਹ ਖੇਤੀਬਾੜੀ ਕਰਦਾ ਸੀ, ਸੁਬਹ ਸ਼ਾਮ ਸਤਸੰਗ ਸ਼ਬਦ ਚੌਂਕੀ ਬਾਣੀ ਪੜ੍ਹਦਾ ਸੀ, ਰਾਤ ਨੂੰ ਗੱਫੇ ਪ੍ਰਸ਼ਾਦੇ ਉਹਦੀ ਮਾਂ ਅਤੇ ਭੈਣ ਬਣਾ ਦਿੰਦੀਆਂ ਸਨ, ਜਾਂ ਪਿੰਡ ਦੀਆਂ ਹੋਰ ਬੀਬੀਆਂ ਵੀ ਗੁਪਤ ਰੂਪ 'ਚ ਪ੍ਰਸ਼ਾਦੇ ਪਕਾ ਕੇ ਦੇ ਦਿੰਦੀਆਂ ਸਨ।
ਤੇ ਤਾਰੂ ਸਿੰਘ ਅੱਧੀ ਰਾਤ ਨੂੰ ਪ੍ਰਸ਼ਾਦਿਆਂ ਦਾ ਟੋਕਰਾ ਲੈ ਕੇ ਜੰਗਲਾਂ ਵਿੱਚ ਸਿੰਘਾਂ ਨੂੰ ਲੱਭ ਕੇ ਪਹੁੰਚਾ ਦਿੰਦਾ ਸੀ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸਮਾਂ ਸੀ, ਭਾਈ ਤਾਰੂ ਸਿੰਘ ਨੂੰ ਫੜਨਾ ਸੌਖਾ ਸੀ, ਇਸ ਕਰਕੇ ਫੌਜ ਉਹਦੇ ਘਰ ਪਿੰਡ ਆ ਗਈ, ਫੜ ਲਿਆ ਤਾਰੂ ਸਿੰਘ ਨੂੰ। ਨਵਾਬ ਕਹਿਓ ਤਿੰਨ ਕਰ ਕੋ ਕਰਿਓ, ਨਵਾਬ ਕਹਿਓ, ਨਵਾਬ ਨੇ ਕਿਹਾ ਸੀ ਵੀ ਉਹਦੇ ਘਰਦਿਆਂ ਨੂੰ ਵੀ ਫੜ ਕੇ ਲਿਆਇਆ ਜੀ, ਉਹਦੀ ਭੈਣ ਨੂੰ ਵੀ, ਯਾਨੀ ਸਖਤ ਹੁਕਮ ਸੀਗਾ। ਡੇਰਾ ਮੋੜ ਪੜਾਣੇ ਲਾਏ, ਪੜਾਣਾ ਪਿੰਡ ਸਾਧ ਸਿੰਘ ਜੀ ਪੂਲੇ ਤੋਂ ਲਾਹੌਰ ਜਾਣ ਦੇ ਰਾਹ ਵਿੱਚ ਪੈਂਦਾ ਹੈ। ਪੜਾਣੇ ਪੁਲਿਸ ਦੀ ਚੌਂਕੀ ਜਾਂ ਥਾਣਾ ਸੀਗਾ। ਜਦੋਂ ਕਿਸੇ ਬੰਦੇ ਨੂੰ ਫੜਦੇ ਸੀਗੇ ਇਸ ਇਲਾਕੇ 'ਚੋਂ ਤੇ ਰਾਤ ਰਸਤੇ 'ਚ ਉਹਨਾਂ ਨੂੰ ਪੜਾਣੇ ਰੁਕਣਾ ਪੈਂਦਾ ਸੀ। ਉਹ ਜਿਹੜਾ ਬੰਦਾ ਫੜਿਆ ਹੁੰਦਾ ਸੀ ਉਹਨੂੰ ਥਾਣੇ 'ਚ ਰੱਖ ਲੈਂਦੇ ਸੀ ਅਤੇ ਸਿਪਾਹੀ ਵੀ ਉੱਥੇ ਰੋਟੀ ਖਾ ਕੇ ਸੌਂ ਜਾਂਦੇ ਸੀ ਅਤੇ ਸਵੇਰੇ ਫਿਰ ਤੁਰ ਪੈਂਦੇ ਸੀ ਲਾਹੌਰ ਨੂੰ। ਰਾਤ ਕੱਟਣ ਲਈ ਇਹ ਜਿਹੜੀ ਫੌਜ ਦੀ ਟੁਕੜੀ ਆਈ ਸੀ, ਇਹਨਾਂ ਨੇ ਤਾਰੂ ਸਿੰਘ ਨੂੰ ਥਾਣੇ ਵਿੱਚ ਰੱਖਿਆ, ਪੜਾਣੇ ਪਿੰਡ ਦੇ ਪੜਾਣੇ ਡੇਰਾ ਕੀਤਾ ਹੈ। ਲੋਕ ਦੇਖਣੇ ਸੁਣ ਕੇ ਆਏ, ਜਦੋਂ ਪਤਾ ਲੱਗਾ ਵੀ ਪਿੰਡ ਪੂਲਿਆਂ ਦੇ ਭਾਈ ਤਾਰੂ ਸਿੰਘ ਜੀ ਫੜੇ ਗਏ ਹੈ ਅਤੇ ਉਹਨਾਂ ਨੂੰ ਪੁਲਿਸ ਲੈ ਕੇ ਚੱਲੀ ਹੈ ਲਾਹੌਰ, ਉਹਨਾਂ ਨੂੰ ਦੇਖਣ ਲਈ ਲੋਕ ਪੜਾਣੇ ਪਿੰਡ ਦੇ ਥਾਣੇ 'ਚ ਆ ਗਏ। ਇਹਦੀ ਲਾਗੇ ਬੁਰਾ ਸੋ ਮਾਨਣਾ, ਇਹਦੀ ਬੜਾ ਗੁੱਸਾ ਕਰਦੇ, ਲੋਕਾਂ ਨੂੰ ਝਿੜਕਦੇ, ਤੁਸੀਂ ਇੱਥੇ ਕੀ ਲੈਣ ਆਏ ਹੋ, ਚੱਲੋ। ਲੋਕਾਂ ਨੂੰ ਹਟਾਉਂਦੇ ਆ ਸਿਪਾਹੀ, ਭਾਈ ਤਾਰੂ ਸਿੰਘ ਦੇ ਦਰਸ਼ਨ ਕਰਨ ਵਾਲਿਆਂ ਨੂੰ ਰੋਕਦੇ ਹਨ ਸਿਪਾਹੀ। ਮਾਰੇ ਚਮਕੀ ਲੋਕਾਂ ਨਾ ਤਾਨਨ, ਉਹ ਲੋਕਾਂ ਨੂੰ ਝਿੜਕਾਂ ਦਿੰਦੇ ਨੇ, ਡੰਡੇ ਮਾਰਦੇ ਨੇ, ਪਿਛਾਂ ਕਰਦੇ ਨੇ ਵੀ ਤੁਸੀਂ ਪਰੇ ਹਟੋ, ਕਿਉਂਕਿ ਉਹਨਾਂ ਸਿਪਾਹੀਆਂ ਵਿਚਾਰਿਆਂ ਨੂੰ ਇਹ ਖਤਰਾ ਹੁੰਦਾ ਵੀ ਕਿਤੇ ਤਾਰੂ ਸਿੰਘ ਨੂੰ ਛੁਡਾ ਕੇ ਨਾ ਲੈ ਜਾਣ ਅਤੇ ਸਾਡੀ ਨੌਕਰੀ ਨਾ ਜਾਂਦੀ ਰਹੇ। ਉਹ ਆਪਣੀ ਡਿਊਟੀ ਕਰ ਰਹੇ ਹੈ ਭਾਈ ਸਾਹਿਬ। ਭਾਈ ਤਾਰੂ ਸਿੰਘ ਸ਼ਾਂਤ ਸਰੂਪ ਨਾਮ ਜਪਣ ਵਾਲੇ ਮਹਾਂਪੁਰਸ਼ ਆਪਣੇ ਚੌਂਕੜੇ 'ਚ ਬੈਠੇ ਭਜਨ ਕਰ ਰਹੇ ਹੈ। ਇਹਦੀਆਂ ਕੋ ਕੱਚ ਦੇ ਕੇ ਦਾਮ, ਫਿਰ ਰਾਤ ਜਦੋਂ ਪੈ ਗਈ, ਹਨੇਰਾ ਜਿਹਾ ਹੋ ਗਿਆ ਅਤੇ ਪਿੰਡ ਦੇ ਜਿਹੜੇ ਸਿੰਘ ਸੀਗੇ ਨਾ, ਪੜਾਣੇ ਪਿੰਡ 'ਚ ਵੀ ਗੁਰਸਿੱਖੀ ਬਹੁਤ ਸੀਗੀ, ਪੜਾਣੇ ਪਿੰਡ ਤੋਂ ਹੀ ਭਾਈ ਬੋਤਾ ਸਿੰਘ ਜੀ ਹੋਏ ਆ ਸਾਧ ਸਿੰਘ ਜੀ, ਜਿਨ੍ਹਾਂ ਨੇ ਨਾਕਾ ਲਾਇਆ ਹੈ, ਸ਼ਹੀਦੀ ਪਾਈ ਹੈ, ਉਹ ਵੀ ਇਸੇ ਪਿੰਡ ਦੇ ਸਨ, ਭਾਈ ਬੋਤਾ ਸਿੰਘ ਜੀ, ਭਾਈ ਗਰਜਾ ਸਿੰਘ। ਸੋ ਪੜਾਣੇ ਪਿੰਡ ਦੇ ਸਿੱਖਾਂ ਨੇ ਰਾਤ ਨੂੰ ਥੋੜ੍ਹੀ ਮਾਇਆ ਇਕੱਠੀ ਕੀਤੀ ਅਤੇ ਥਾਣੇਦਾਰ ਨੂੰ ਦਿੱਤੀ। ਥਾਣੇਦਾਰ ਨੂੰ ਮਾਇਆ ਦੇ ਕੇ ਕਹਿਣ ਲੱਗੇ ਵੀ ਸਾਨੂੰ ਨਾ ਥੋੜ੍ਹਾ ਜਿਹਾ ਭਾਈ ਤਾਰੂ ਸਿੰਘ ਨੂੰ ਮਿਲ ਤਾਂ ਲੈਣ ਦਿਓ, ਅਸੀਂ ਭਾਈ ਤਾਰੂ ਸਿੰਘ ਨਾਲ ਗੱਲਬਾਤ ਕਰ ਲਈਏ। ਦਰਸ਼ਨ ਕਰਿਓ ਤਾਰੂ ਸਿੰਘ ਰਾਮ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਦਰਸ਼ਨ ਕੀਤੇ। ਪਿੰਡ ਵਾਲੇ ਸਿੱਖਾਂ ਨੇ ਪੁਲਿਸ ਨੂੰ ਰਿਸ਼ਵਤ ਦੇਣੀ ਪਈ, ਪੈਸੇ ਦੇਣੇ ਪਏ। ਭੈਣ ਸਾਥੀ ਸੋ ਫੜੀ ਆਈ, ਭਾਈ ਸਾਹਿਬ ਜੀ, ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਸੀ ਬੀਬੀ ਤਾਰੋ, ਬੀਬੀ ਤਾਰੋ ਨੂੰ ਵੀ ਉਹ ਫੜ ਕੇ ਲੈ ਆਏ ਸੀ, ਕਿਉਂਕਿ ਉਹ ਬੱਚੀ ਨੌਜਵਾਨ ਬੀਬੀ ਪ੍ਰਸ਼ਾਦੇ ਪਾਣੀ ਵਧੀਆ ਬਣਾ ਕੇ ਭਾਈ ਤਾਰੂ ਸਿੰਘ ਨੂੰ ਆਪਣੇ ਭਰਾ ਨੂੰ ਫੜਾਉਂਦੀ ਸੀ ਅਤੇ ਉਹ ਤਾਰੂ ਸਿੰਘ ਭੈਣ ਦੇ ਅਤੇ ਮਾਂ ਦੇ ਹੱਥ ਦੇ ਪ੍ਰਸ਼ਾਦੇ ਸਿੰਘਾਂ ਨੂੰ ਪਹੁੰਚਾਇਆ ਕਰਦਾ ਸੀਗਾ। ਸੋ ਭਾਈ ਤਾਰੂ ਸਿੰਘ ਦੀ ਭੈਣ ਨੂੰ ਵੀ ਲੈ ਆਏ ਸਨ ਬੰਨ ਕੇ ਨਾਲ। ਸੋ ਦਮ ਦੇ ਲੋਕਾਂ ਛਡਵਾਈ, ਪਿੰਡ ਦੇ ਸਿਆਣੇ ਬੰਦਿਆਂ ਨੇ ਪੁਲਿਸ ਵਾਲਿਆਂ ਨੂੰ ਪੈਸਾ ਦਿੱਤਾ ਅਤੇ ਆਖਿਆ ਵੀ ਇੱਦਾਂ ਹੈ, ਤੁਸੀਂ ਸਿਆਣੇ ਬੰਦੇ ਹੋ, ਤਾਰੂ ਸਿੰਘ ਨੂੰ ਤੁਸੀਂ ਲੈ ਚੱਲੇ ਹੋ, ਇਹ ਬੀਬੀ ਵਿਚਾਰੀ ਦਾ ਕੀ ਕਸੂਰ ਹੈ, ਇਹ ਧੀ ਧਿਆਣੀ ਹੈ ਔਰ ਧੀਆਂ ਸਾਰਿਆਂ ਦੀਆਂ ਇੱਜ਼ਤਾਂ ਹੁੰਦੀਆਂ ਨੇ ਅਤੇ ਤੁਸੀਂ ਇੱਦਾਂ ਨਾ ਕਰੋ।
ਉਹ ਥਾਣੇਦਾਰ ਦੇ ਮਨ 'ਚ ਮਿਹਰ ਪੈ ਗਈ ਜਾਂ ਕਹਿ ਲਓ ਵੀ ਪੈਸੇ ਦਾ ਲਾਲਚ ਉਹਨੇ ਲੈ ਲਿਆ। ਕਾਫੀ ਲੋਕਾਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਅਤੇ ਆਪਣੀ ਬੀਬੀ ਤਾਰੋ ਜਿਹੜੀ ਸੀ, ਭਾਈ ਤਾਰੂ ਸਿੰਘ ਦੀ ਭੈਣ, ਉਹਨੂੰ ਲੋਕ ਛੁਡਾ ਕੇ ਲੈ ਗਏ। ਪੁੱਤੀ ਪੜਾਣੇ ਗੁਰਸਿੱਖੀ 3 ਲੱਖ ਆਇਓ ਰੋਹੋ। ਪੜਾਣੇ ਪਿੰਡ ਦੇ ਸਿੰਘ ਕਾਫੀ ਸੀਗੇ, ਉਹਨਾਂ ਨੂੰ ਗੁੱਸਾ ਸੀ ਵੀ ਇਹ ਸਰਕਾਰ ਸਾਡੇ ਨਾਲ ਬੜਾ ਜ਼ੁਲਮ ਕਰ ਰਹੀ ਹੈ। ਜ਼ਕਰੀਆ ਖਾਨ ਰੋਜ਼ ਹੀ ਸਿੰਘਾਂ ਨੂੰ ਫੜ ਫੜ ਕੇ ਮਰਵਾਈ ਜਾਂਦਾ ਹੈ। ਉਹ ਜਿਹੜੇ ਪਿੰਡ ਦੇ ਲੋਕ ਸੀਗੇ, ਸਹਿਜਧਾਰੀ ਗੁਰਸਿੱਖ ਸਨ, ਉਹਨਾਂ ਨੂੰ ਬੜਾ ਗੁੱਸਾ ਆਇਆ ਵੀ ਅਸੀਂ ਭਾਈ ਤਾਰੂ ਸਿੰਘ ਨੂੰ ਛੁਡਾ ਲਈਏ। ਤਾਰੂ ਸਿੰਘ ਛੁਡਾਈਏ ਹੋਣੀ ਹੋਏ ਸੋ ਹੋਏ। ਉਹ ਪਿੰਡ ਪੜਾਣੇ ਦੇ ਸਿੰਘ ਸਲਾਹ ਕਰਦੇ ਆ ਵੀ ਜੋ ਹੋਣਾ ਵੇਖੀ ਜਾਏਗੀ, ਮੌਤ ਤਾਂ ਇੱਕ ਦਿਨ ਆਉਣੀ ਆਉਣੀ ਹੈ ਸਾਰਿਆਂ ਨੂੰ, ਆਪਾਂ ਭਾਈ ਤਾਰੂ ਸਿੰਘ ਨੂੰ ਛੁਡਾ ਲਈਏ। ਪਿੰਡ ਵਾਲੇ ਸਿੰਘਾਂ ਨੇ ਜਾਂ ਇਲਾਕੇ ਦੇ ਸਿੰਘਾਂ ਨੇ ਗੁਰਮਤਾ ਕੀਤਾ। ਤਬ ਸਿੰਘਾਂ ਨੇ ਮਤਾ ਮਤਾਇਆ। ਪੁਰਾਣੇ ਸਿੰਘਾਂ ਦੇ ਮਤਾ ਕੀਤਾ ਸਾਰਿਆਂ ਨੇ। ਤਾਰੂ ਸਿੰਘ ਕੋ ਆਣ ਸੁਣਾਇਆ। ਉਹ ਫਿਰ ਭਾਈ ਤਾਰੂ ਸਿੰਘ ਕੋਲ ਆਏ, ਉਹਨਾਂ ਚ ਇੱਕ ਅੱਧਾ ਬੰਦਾ ਆਇਆ। ਪੁਲਿਸ ਵਾਲੇ ਨੂੰ ਪੈਸੇ ਦੇ ਕੇ ਆਉਣਾ ਪੈਂਦਾ ਸੀ, ਉਹ ਤਾਂ ਮਿਲ ਨਹੀਂ ਸੀ ਦਿੰਦੇ। ਭਾਈ ਤਾਰੂ ਸਿੰਘ ਦੇ ਕੋਲ ਆ ਕੇ ਹੌਲੇ ਜਿਹੇ ਕੰਨ ਵਿੱਚ ਪਿੰਡ ਵਾਲਿਆਂ 'ਚੋਂ ਕਿਸੇ ਬੰਦੇ ਨੇ ਗੱਲ ਆਖੀ, ਹਮ ਹੈ ਦੀਆਂ ਕੋ ਦਹਿ ਮਾਰ। ਹਾਂ, ਉਹ ਸਿੰਘ ਕਹਿਣ ਲੱਗੇ ਜੀ ਤੁਸੀਂ ਮਾੜਾ ਜਿਹਾ ਇਸ਼ਾਰਾ ਤਾਂ ਕਰੋ, ਅਸੀਂ ਫੌਜ ਸਿੰਘਾਂ ਦੀ ਬੁਲਾ ਲੈਂਦੇ ਹਾਂ ਜਾਂ ਪਿੰਡ 'ਚ ਵੀ ਨੌਜਵਾਨ ਕਾਫੀ ਅਸੀਂ ਹੈਗੇ ਹਾਂ, ਅਸੀਂ ਜੋ ਸਾਡੇ ਕੋਲ ਸ਼ਸਤਰ ਬਸਤਰ ਲੈ ਕੇ ਆ ਜਾਂਦੇ ਹਾਂ ਅਤੇ ਇਹ 20-25 ਬੰਦੇ ਇਹਨਾਂ ਨੂੰ ਮਾਰ ਦਿੰਦੇ ਹਾਂ, ਅਸੀਂ ਇਹਨਾਂ 20-25 ਸਿਪਾਹੀਆਂ ਨੂੰ ਮਾਰ ਕੇ ਅਤੇ ਅਸੀਂ ਤੁਹਾਨੂੰ ਛੁਡਾ ਕੇ ਲੈ ਜਾਂਦੇ ਹਾਂ। ਕਰ ਜਾਵੇਂਗੇ ਪੇਂਡੂ ਉਜਾੜ। ਹਾਂ, ਜੇ ਬਹੁਤੀ ਗੱਲ ਹੈ ਸਾਡਾ ਪਿੰਡ ਉਜਾੜ ਦੇਣਗੇ ਨਾ, ਸਾਨੂੰ ਕੋਈ ਫਿਕਰ ਨਹੀਂ। ਜੇ ਧਰਮ ਤੋਂ ਜਾਨ ਲੱਗਦੀ ਲੱਗ ਜਾਵੇ, ਸਾਨੂੰ ਘਰਾਂ ਤੋਂ ਉਜਾੜ ਦੇਣਗੇ, ਅਸੀਂ ਉੱਜੜ ਜਾਵਾਂਗੇ, ਮਾਰੇ ਜਾਵਾਂਗੇ ਸਣੇ ਪਰਿਵਾਰਾਂ ਦੇ, ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਤੁਹਾਡੀ ਸੇਵਾ ਕਰੀਏ, ਤੁਹਾਨੂੰ ਛੁਡਾ ਲਈਏ ਇਹਨਾਂ ਤੋਂ। ਸਿੰਘ ਛੁਡਾਵਨ ਹੈ ਬੜ ਧਰਮ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦੀ ਮਹਾਨਤਾ ਬੜੀ ਦੱਸੀ ਹੈ ਅਤੇ ਕਿਸੇ ਸਿੰਘ ਦੇ ਉੱਤੇ ਪਰਉਪਕਾਰ ਕਰਨਾ, ਕਿਸੇ ਸਿੰਘ ਦੀ ਜਾਨ ਬਚਾਉਣੀ ਬੜਾ ਵੱਡਾ ਪੁੰਨ ਹੈ। ਸਿੰਘ ਨੂੰ ਬਚਾਉਣਾ, ਸਿੰਘ ਨੂੰ ਛੁਡਾਉਣਾ ਬਹੁਤ ਵੱਡਾ ਧਰਮ ਹੈ। ਗਉ ਬ੍ਰਾਹਮਣ ਤੇ 100 ਗੁਣੋਂ ਕਰਮ। ਕਹਿੰਦੇ ਜੇ 100 ਗਊ ਛੁਡਾਈਏ, 100 ਗਊ ਛੁਡਾਉਣ ਦੇ ਨਾਲ ਇੱਕ ਬ੍ਰਾਹਮਣ ਨੂੰ ਛੁਡਾ ਦਈਏ, 100 ਗਊਆਂ ਜਿੰਨਾ ਪੁੰਨ ਹੈ। ਕਹਿੰਦੇ ਜੇ 100 ਬ੍ਰਾਹਮਣ ਛੁਡਾਈਏ ਤੇ ਇੱਕ ਸਿੱਖ ਨੂੰ ਛੁਡਾਉਣ ਜਿੰਨਾ ਪੁੰਨ ਹੈ। ਖਾਲਸੇ ਦੀ ਇੰਨੀ ਮਹਿਮਾ ਹੈ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਮਹਾਰਾਜ ਨੇ ਸਭ ਤੋਂ ਉੱਤਮ ਖਾਲਸੇ ਨੂੰ ਕਿਹਾ ਹੈ। ਸੋ 100 ਬ੍ਰਾਹਮਣ ਛੁਡਾ ਲੈਣੇ, 100 ਬ੍ਰਾਹਮਣਾਂ ਦੀ ਜਾਨ ਬਚਾ ਲੈਣੀ ਤੇ ਇੱਕ ਸਿੱਖ ਦੀ ਜਾਨ ਬਚਾ ਲੈਣੀ ਬਰਾਬਰ ਹੈ। ਕਿਮ ਕਰਨੇ ਕੋ ਤਿਆਰ ਹੋਇਆ ਏ। ਇਹਦਾ ਪਿੰਡ ਵਾਲੇ ਸਿੰਘ ਤਾਂ ਤਿਆਰ ਹੋ ਗਏ। ਰਾਤ ਨੂੰ ਉਹਨਾਂ ਨੇ ਮਤਾ ਕਰ ਲਿਆ ਵੀ ਅੱਜ ਆਪਾਂ ਸਾਰੇ ਸਿਪਾਹੀ ਵੱਢ ਦੇਣੇ ਆ ਤੇ ਭਾਈ ਤਾਰੂ ਸਿੰਘ ਨੂੰ ਛੁਡਾ ਲੈਣਾ। ਤਾਰੂ ਸਿੰਘ ਸੁਣ ਤੁਰਤੇ ਹਟਾਏ। ਜਦੋਂ ਸਿੰਘਾਂ ਨੇ ਆਪਣੀ ਗੱਲ ਭਾਈ ਤਾਰੂ ਸਿੰਘ ਨੂੰ ਦੱਸੀ ਵੀ ਅਸੀਂ ਤਾਂ ਤੁਹਾਨੂੰ ਛੁਡਾਉਣਾ ਹੈ, ਉਹਨਾਂ ਸਿੰਘਾਂ ਨੂੰ ਭਾ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਕਹਿਣ ਲੱਗੇ, ਸਿੰਘੋ ਇਹ ਕੰਮ ਨਾ ਕਰਿਆ ਜੇ, ਇਹ ਕੰਮ ਬੜਾ ਗਲਤ ਹੈ, ਮਹਿੰਗਾ ਪਵੇਗਾ ਇਹ ਸੌਦਾ, ਇੱਦਾਂ ਨਹੀਂ ਕਰਨਾ ਤੁਸੀਂ। ਅਸੀਂ ਨਾ ਮਰਨੋ ਨਠਰ ਵਾਰੇ। ਭਾਈ ਅਸੀਂ ਸ਼ਹੀਦੀ ਪਾਉਣ ਚੱਲੇ ਹਾਂ ਅਤੇ ਸਾਡੀ ਸ਼ਹੀਦੀ 'ਚ ਰੁਕਾਵਟ ਨਾ ਪਾਓ, ਅਸੀਂ ਮੌਤ ਨੂੰ ਵਿਆਹਣਾ ਹੈ, ਜੇ ਤੁਸੀਂ ਵਿੱਚ ਵਿਘਨ ਪਾ ਦਿਓਗੇ ਸਾਡਾ ਨਿਸ਼ਾਨਾ ਪੂਰਾ ਨਹੀਂ ਹੋਏਗਾ, ਅਸੀਂ ਮਰਨਾ ਹੈ,
ਅਸੀਂ ਮੌਤ ਤੋਂ ਨੱਠਣਾ ਨਹੀਂ ਹੈ। ਅਸੀਂ ਜੋ ਮਰ ਹੈ ਮੁਗਲ ਦੁਆਰੇ, ਅਸੀਂ ਜਾ ਕੇ ਮੁਗਲ ਦੇ ਜਕਰੀਏ ਦੇ ਬੂਹੇ ਤੇ ਸ਼ਹੀਦੀ ਪਾਣੀ ਹੈ, ਉਹਦੇ ਸਾਹਮਣੇ ਸ਼ਹੀਦ ਹੋ ਕੇ ਅਸੀਂ ਉਸ ਨੂੰ ਲੈ ਕੇ ਜਾਣਾ ਹੈ ਨਰਕਾਂ ਵਿੱਚ। ਸਿੱਖਣ ਕਾਰਨ ਗੁਰ ਸਿਰ ਲਾਏ। ਦੇਖੋ ਖਾਲਸਾ ਜੀ, ਸਾਡੇ ਗੁਰੂਆਂ ਨੇ ਸਿੱਖਾਂ ਵਾਸਤੇ, ਸਾਡੇ ਵਾਸਤੇ ਆਪਣੇ ਸੀਸ ਵਾਰੇ ਹਨ। ਪੁੱਤ ਪੋਤਰੇ ਪੁੰਨ ਆਪ ਕੁਹਾਏ। ਸਾਡੇ ਗੁਰੂਆਂ ਨੇ ਆਪਣੇ ਪੁੱਤਰ ਪੋਤਰੇ ਵੀ ਸ਼ਹੀਦ ਕਰਾ ਤੇ, ਪਰਿਵਾਰਾਂ ਦੇ ਪਰਿਵਾਰ ਗੁਰੂਆਂ ਦੇ ਸ਼ਹੀਦ ਹੋ ਗਏ। ਪੰਥ ਵਧਾਵਣ ਖਾਤਰ ਤਾਈ। ਗੁਰੂ ਨੇ ਆਪਣਾ ਪੰਥ ਵਧਾਉਣ ਵਾਸਤੇ ਆਪਣੀ ਕੁੱਲ ਘਟਾ ਲਈ ਹੈ, ਨਹੀਂ ਤਾਂ ਲੋਕ ਆਪਣੀ ਕੁੱਲ ਵਧਾਉਂਦੇ ਹਨ। ਗੁਰੂ ਨੇ ਆਪਣੀ ਕੁੱਲ ਗਵਾ ਲਈ ਤੇ ਪੰਥ ਵਧਾ ਦਿੱਤਾ ਹੈ। ਹਾਂਜੀ, ਮੈਂ ਆਪਣੀ ਗੁਰ ਕੁੱਲ ਗਵਾਈ। ਸ੍ਰੀ ਕਲਗੀਧਰ ਜੀ ਮਹਾਰਾਜ ਨੇ ਆਪਣੇ ਚਾਰੇ ਹੀ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਇਹ ਬਚਨ ਕਹੇ ਨੇ ਕਿ ਇਹਨੇ ਬੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਿਤ ਕਈ ਹਜ਼ਾਰ। ਹਾਂਜੀ, ਉਸਕੇ ਪੰਥੀ ਹਮੇ ਸਦਾਏ। ਅਸੀਂ ਉਸ ਕਲਗੀਧਰ ਦੇ ਪੰਥੀ ਹਾਂ, ਉਹਦੇ ਪੰਥ ਵਿੱਚ ਚੱਲਣ ਵਾਲੇ ਹਾਂ, ਉਹਦੇ ਰਾਹ ਤੇ ਚੱਲਣ ਵਾਲੇ ਹਾਂ। ਹਮ ਮਰਨੇ ਤੇ ਕਿਮ ਨਠ ਜਾਏ। ਅਸੀਂ ਮੌਤ ਤੋਂ ਕਿਵੇਂ ਡਰੀਏ ਖਾਲਸਾ ਜੀ, ਜੇ ਸਾਡੇ ਸਤਿਗੁਰੂ ਨਹੀਂ ਡਰੇ, ਉਹਨਾਂ ਦੇ ਛੋਟੇ ਛੋਟੇ 7 ਸਾਲ ਤੇ 9 ਸਾਲ ਦੇ ਬੱਚੇ ਵੀ ਨੀਹਾਂ ਵਿੱਚ ਖੜਨ ਵੇਲੇ ਨਹੀਂ ਡਰੇ, ਅਸੀਂ ਕਿਵੇਂ ਡਰਾਂਗੇ। ਪੰਥ ਰਾਖਣ ਕੇ ਕਾਰਨੇ ਏਤੇ ਕੀਏ ਉਪਾਏ। ਮਹਾਰਾਜ ਸ੍ਰੀ ਕਲਗੀਧਰ ਜੀ ਨੇ ਪੰਥ ਦੀ ਰੱਖਿਆ ਵਾਸਤੇ ਆਪਣਾ ਪਰਿਵਾਰ ਵਾਰ ਦਿੱਤਾ, ਪੰਥ ਬਚਾ ਲਿਆ। ਦੁਖ ਸਹਿ ਨਿਜ ਸੁੱਤ ਦੈ ਸਿਰ ਤੁਰਕਨ ਦੈ ਲਾਏ। ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਭਾਈ ਮਤੀ ਦਾਸ, ਸਤੀ ਦਾਸ, ਦਿਆਲਾ ਜੀ ਵਰਗਿਆਂ ਨੇ, ਦੇਖੋ ਸਭ ਸਿੰਘਾਂ ਨੇ ਦੁੱਖ ਸਹਿ ਕੇ ਸ਼ਹੀਦੀਆਂ ਪਾਈਆਂ, ਤੁਰਕਾਂ ਦੇ ਸਿਰ ਤੇ ਆਪਣੇ ਠੀਕਰੇ ਪੰਨੇ ਸਰੀਰ ਦੇ, ਪਰ ਆਪਣਾ ਧਰਮ ਨਹੀਂ ਛੱਡਿਆ। ਜੋ ਸਤਿਗੁਰ ਥੀ ਮੁਖ ਤੇ ਕਹੀ। ਜੋ ਬਚਨ ਸ੍ਰੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੇ ਹਨ, ਸੋ ਸਿਰ ਦੈ ਗੁਰ ਲਾਜ ਨਿਭਹੀ। ਉਹ ਬਚਨ ਗੁਰੂਆਂ ਨੇ ਨਿਭਾਏ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਰ ਨੂੰ, ਕਹਿੰਦੇ ਆ ਤੈਨੂੰ 7 ਪੁਸਤਾਂ ਦਾ ਰਾਜ ਦੇ ਰਹੇ ਹਾਂ, 7 ਸੀਸ ਦੇ ਕੇ ਵਾਪਸ ਲਵਾਂਗੇ। ਉਹੀ ਬਚਨ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੀਸ ਪਹਿਲਾਂ ਦਿੱਤਾ, ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸ ਦਿੱਤਾ, ਫਿਰ 4 ਸਾਹਿਬਜ਼ਾਦਿਆਂ ਦੇ ਸੀਸ ਹੋਏ, ਫਿਰ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਗੁਜਰੀ ਜੀ ਦਾ ਵੀ ਸੀਸ ਲੱਗਾ, ਅਤੇ ਕਲਗੀਧਰ ਪਾਤਸ਼ਾਹ ਆਪ ਵੀ ਤੁਰਕਾਂ ਦੇ ਹੱਥੋਂ ਹੀ ਖੰਜਰ ਦੇ ਨਾਲ, ਕਟਾਰ ਦੇ ਨਾਲ ਇਹ ਸਰੀਰ ਛੱਡਿਆ। ਇਸ ਕਰਕੇ ਗੁਰੂਆਂ ਨੇ ਆਪਣਾ ਵਚਨ ਨਿਭਾ ਦਿੱਤਾ ਹੈ। ਚੌਥੇ ਬਾਬਰ ਲੈ ਕਹਾਏ। ਹਾਂ, ਬਾਬਰ ਤੋਂ ਵਚਨ ਜਿਹੜੇ ਹੋਏ ਸੀ ਨਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਵਚਨ, ਉਹ ਗੁਰੂ ਨਾਨਕ ਸਾਹਿਬ ਜੀ ਪੂਰੇ ਕੀਤੇ ਹਨ। ਹੁਣ ਬਚਨਨ ਪੈ ਆਪ ਵਿਖਾਏ। ਉਹਨਾਂ ਬਚਨਾਂ ਦੇ ਗੁਰੂ ਸਾਹਿਬ ਵਿਕ ਗਏ। ਵਿਕਣ ਦਾ ਮਤਲਬ ਹੈ ਵੀ ਆਪਣਾ ਆਪ ਕੁਰਬਾਨ ਕਰ ਦਿੱਤਾ ਗੁਰੂਆਂ ਨੇ। ਜੋ ਹਿੰਦੂ ਪਾਤਸ਼ਾਹੀ ਚਾਹੇ ਕੋਈ। ਜੇ ਕੋਈ ਹਿੰਦੂ ਰਾਜ ਲੈਣਾ ਚਾਹੁੰਦਾ ਹੈ, ਪਾਤਸ਼ਾਹੀ ਲੈਣੀ ਚਾਹੁੰਦਾ ਹੈ, ਸੀਸ ਦੀਏ ਬਿਨਾ ਫਿਰੇ ਨਾ ਸੋਈ। ਉਹਨੂੰ ਸੀਸ ਦੇਣਾ ਪਏਗਾ ਤਾਂ ਰਾਜ ਮਿਲੇਗਾ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਾਬਰ ਦੇ ਹੋਏ ਸਨ, ਇਕਰਾਰ ਹੋਇਆ ਸੀ ਵੀ ਮੈਨੂੰ ਰਾਜ ਦੇ ਰਹੇ ਹੋ ਮਹਾਰਾਜ, ਮੇਰੇ ਕੋਲ ਕਿੰਨਾ ਚਿਰ ਰਹੇਗਾ। ਮਹਾਰਾਜ ਕਹਿੰਦੇ 7 ਪੁਸਤਾਂ ਦਾ ਦਿੱਤਾ ਹੈ, ਉਸ ਤੋਂ ਬਾਅਦ ਸਾਡੇ ਖਾਲਸੇ ਨੇ ਰਾਜ ਵਾਪਸ ਲੈ ਲੈਣਾ ਹੈ ਔਰ ਅਸੀਂ ਆਪਣੇ ਸਿੱਖਾਂ ਨੂੰ ਰਾਜ ਦੇਵਾਂਗੇ।
ਤੇ ਹੁਣ ਜੇ ਕਿਸੇ ਨੇ ਹਿੰਦੁਸਤਾਨੀ ਨੇ ਹਿੰਦੂ ਤੋਂ ਭਾਵ ਇੱਥੇ ਜਿਹੜੇ ਭਾਰਤ ਵਿੱਚ ਰਹਿਣ ਵਾਲੇ ਲੋਕ ਹਨ ਉਹ ਜਿਹੜੇ ਮੁਗਲ ਸਨ ਉਹ ਬਾਹਰ ਦੇ ਸਨ, ਕੋਈ ਇਰਾਨ ਦਾ ਸੀ, ਕੋਈ ਇਰਾਕ ਦਾ ਸੀ, ਕੋਈ ਕਾਬਲ ਦਾ ਸੀ, ਉਹ ਰਾਜ ਕਰ ਰਹੇ ਸਨ। ਭਾਰਤ ਵਾਸੀਆਂ ਨੂੰ, ਹਿੰਦੂਆਂ ਨੂੰ ਜਿਹੜਾ ਰਾਜ ਹੈ ਉਹ ਤਾਂ ਹੀ ਮਿਲੇਗਾ ਜੋ ਸ਼ੀਸ ਦੇਣਗੇ, ਕੁਰਬਾਨੀਆਂ ਕਰਨਗੇ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ਜਬ ਤੁਰਕ ਹਿੰਦੂ ਪਰ ਪਾਵੇ ਭਾਰ। ਜਦੋਂ ਤੁਰਕ ਮੁਸਲਮਾਨ ਹਿੰਦੂਆਂ ਨੂੰ ਦੁੱਖ ਦੇਣਗੇ, ਹਿੰਦੂ ਵਾਸੀਆਂ ਨੂੰ ਕਸ਼ਟ ਦੇਣਗੇ, ਉਹਨਾਂ ਨੂੰ ਬੜੇ ਬੜੇ ਤਸੀਹੇ ਦੇਣਗੇ, ਲਾਇਓ ਉਨ ਸਿਰ ਸੀਸ ਉਤਾਰ, ਤਾਂ ਫਿਰ ਭਾਰਤ ਵਾਸੀ ਗੁਰੂ ਕੇ ਸਿੰਘ ਆਪਣੇ ਸੀਸ ਉਹਨਾਂ ਦੇ ਸਿਰ 'ਤੇ ਚੜਾ ਦੇਣਗੇ, ਕਰਜ਼ਾ ਉਹ ਕਰਜ਼ਾ ਲਾ ਦੇਣਗੇ, ਭਾਵ ਸੀਸ ਦੇ ਕੇ ਰਾਜ ਲੈ ਲੈਣਗੇ। ਸ੍ਰੀ ਗੁਰੂ ਅੰਗਦ ਕੋ ਕਹਿ ਗਏ, ਇਹੀ ਵਚਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਵੀ ਸਮਝਾ ਗਏ ਸਨ ਕਿ ਪੁਰਖਾ ਅਸੀਂ ਰਾਜ ਦਿੱਤਾ ਹੈ ਬਾਬਰ ਨੂੰ, ਆਉਣ ਵਾਲੀਆਂ ਪੀੜ੍ਹੀਆਂ ਨੇ ਰਾਜ ਵਾਪਸ ਲੈਣਾ, ਇਹ ਖਿਆਲ ਰੱਖਿਆ ਜੇ ਰਾਜ ਅਸੀਂ ਆਪਣੇ ਸਿੱਖਾਂ ਨੂੰ ਹੀ ਦੇ ਕੇ ਜਾਣਾ ਹੈ। ਹਾਂਜੀ, ਅੰਗਦ ਜੀ ਅਮਰਦਾਸ ਸਮਝਾ, ਇਹੀ ਗੱਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰੂ ਅਮਰਦਾਸ ਜੀ ਨੂੰ ਸਮਝਾਈ ਕਿ ਪੁਰਖਾ ਗੁਰੂ ਨਾਨਕ ਸਾਹਿਬ ਜੀ ਬਾਬਰ ਨੂੰ ਰਾਜ ਦੇ ਗਏ ਨੇ ਮੁਗਲਾਂ ਨੂੰ, ਆਉਣ ਵਾਲੀਆਂ ਪੀੜ੍ਹੀਆਂ ਇਲਾਜ ਆਪਾਂ ਵਾਪਸ ਲੈਣਾ ਹੈ। ਅਮਰਦਾਸ ਰਾਮਦਾਸ ਕਹਿਓ, ਉਹੀ ਜਿਹੜਾ ਮੈਸੇਜ ਸੀ ਸਤਿਗੁਰੂ ਨਾਨਕ ਦੇਵ ਜੀ ਦਾ, ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਰਾਮਦਾਸ ਜੀ ਨੂੰ ਸਮਝਾਇਆ। ਸ੍ਰੀ ਅਰਜਨ ਸਿਰ ਉਪਰ ਸਹਾਇਓ, ਤੇ ਗੁਰੂ ਰਾਮਦਾਸ ਜੀ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੰਨ 1581 'ਚ ਗੁਰਤਾ ਗੱਦੀ ਦੇਣ ਲੱਗਿਆ ਇਹੀ ਮੈਸੇਜ ਦਿੱਤਾ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲਾ ਸੀਸ ਇਸ ਕੰਮ ਦੇ ਲਈ ਆਪਣਾ ਪੇਸ਼ ਕੀਤਾ। 1606 ਦੇ 30 ਮਈ ਨੂੰ ਮਹਾਰਾਜ ਤੱਤੀਆਂ ਤਵੀਆਂ 'ਤੇ ਬਹਿ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕੀਤੀ। ਪਹਿਲਾ ਸੀਸ ਦਿੱਤਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਹਰ ਗੋਬਿੰਦੋ ਸ੍ਰੀ ਹਰ ਰਾਏ, ਫਿਰ ਇਹੀ ਮੈਸੇਜ ਦੇ ਉੱਤੇ ਪਹਿਰਾ ਦਿੱਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ 38 ਸਾਲ ਜ਼ਾਲਮਾਂ ਦੇ ਨਾਲ ਟੱਕਰ ਲੈਂਦੇ ਰਹੇ, ਜੰਗ ਜੁੱਦ ਹੁੰਦੇ ਰਹੇ, ਫੌਜਾਂ ਬਣਦੀਆਂ ਰਹੀਆਂ। ਸਤਿਗੁਰੂ ਰਾਏ ਸਾਹਿਬ ਜੀ ਗੱਦੀ 'ਤੇ ਰਹੇ 17 ਸਾਲ 7ਵੇਂ ਪਾਤਸ਼ਾਹ, ਉਹਨਾਂ ਨੂੰ ਵੀ ਉਹੀ ਮੈਸੇਜ ਪਾਲਿਆ ਗੁਰੂ ਸਾਹਿਬ ਜੀ ਦਾ, ਬਣੀ ਨਾ ਬਿੱਦ ਵਹਿ ਰਹੇ ਤਕਾਏ, ਪਰ ਰਾਜ ਲੈਣ ਦੀ ਬਿੱਦ ਬਣੀ ਨਹੀਂ। ਮਹਾਰਾਜ ਗੁਰੂ ਰਾਏ ਸਾਹਿਬ ਜੀ ਦੇ ਸਮੇਂ ਵੀ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ। ਹਰੀ ਕ੍ਰਿਸ਼ਨ ਫੜੇ ਦਿੱਲੀ ਗਏ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਵੀ ਜ਼ਬਰਦਸਤੀ ਦਿੱਲੀ ਸੱਦਿਆ ਸੀ ਨਾ ਔਰੰਗਜ਼ੇਬ ਨੇ, ਅਤੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਗਏ, ਉੱਥੇ ਛੋਟੀ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ। ਤੁਰਕਾਂ ਬਦੀ ਲਗਾਵਤ ਪੈ, ਉੱਥੇ ਤੁਰਕਾਂ ਦਾ ਉੱਥੇ ਰਾਜ ਸੀ ਔਰੰਗਜ਼ੇਬ ਦਾ, ਮਹਾਰਾਜ ਉੱਥੇ ਜਾ ਕੇ ਆਪਣਾ ਸਰੀਰ ਤਿਆਗ ਗਏ। ਸ੍ਰੀ ਤੇਗ ਬਹਾਦਰ ਸਿਰ ਤਾਰੇ, ਗੁਰੂ ਨਾਨਕ ਬਚਨ ਵਿਚਾਰ, ਫਿਰ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਪਹਿਰਾ ਦਿੰਦੇ ਹੋਏ ਦਿੱਲੀ ਚਾਂਦਨੀ ਚੌਂਕ ਵਿੱਚ 11 ਨਵੰਬਰ 1675 ਮਗਰ ਸੁਦੀ ਪੰਚਮੀ ਨੂੰ ਗਿੰਦੇ 11 ਵਜੇ ਸ਼ਹੀਦੀ ਪ੍ਰਾਪਤ ਕੀਤੀ। ਆਪ ਜੈ ਦਿੱਲੀ ਖਈ ਤੁਰਕਨ ਤੇ ਤਲਵਾਰ, ਆਪ ਤੁਰਕਾਂ ਦੀ ਤੇਗ ਆਪਣੀ ਧੌਣ ਤੇ ਸਹਾਰੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਤਿਮ ਸਤਿਗੁਰੂ ਗੋਬਿੰਦ ਸਿੰਘ ਸੂਰੇ, ਇਹ ਭਾਈ ਖਾਲਸਾ ਜੀ, ਇਹ ਭਾਈ ਤਾਰੂ ਸਿੰਘ ਜੀ ਸੁਣਾ ਰਹੇ ਸਿੰਘਾਂ ਨੂੰ, ਜੇਲ੍ਹ ਦੇ ਥਾਣੇ ਦੇ ਵਿੱਚ ਪੜਾਣੇ ਪਿੰਡ ਰਾਤ ਨੂੰ ਸਿੰਘ ਪੁੱਛਣ ਆਏ ਵੀ ਤੁਹਾਨੂੰ ਛੁਡਾ ਲਈਏ। ਭਾਈ ਤਾਰੂ ਸਿੰਘ ਕਹਿੰਦੇ, ਭਾਈ ਅਸੀਂ ਛੱਡਣਾ ਨਹੀਂ, ਅਸੀਂ ਸ਼ਹੀਦੀ ਪਾਣੀ ਹੈ,
ਕਿਉਂਕਿ ਦੇਖੋ ਸਾਡੇ ਗੁਰੂਆਂ ਨੇ ਕਿੱਦਾਂ ਕਿੱਦਾਂ ਕਸ਼ਟ ਸਹੇ ਆ। ਦਸਾਂ ਗੁਰੂਆਂ ਨੇ ਜੋ ਕੁਛ ਕੀਤਾ ਸੀ ਇਸ ਮਾਮਲੇ 'ਤੇ ਭਾਈ ਤਾਰੂ ਸਿੰਘ ਦੱਸ ਕੇ ਕਹਿੰਦੇ ਫਿਰ ਸਾਡੇ ਪਿਤਾ ਸ੍ਰੀ ਕਲਗੀਧਰ ਮਹਾਰਾਜ ਗੱਦੀ ਤੇ ਆਏ। ਬਚਨ ਕੀਏ ਗੁਰੂ ਨਾਨਕ ਪੂਰੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਪੂਰੇ ਕਰਨ ਵਾਸਤੇ ਖਾਲਸਾ ਫੌਜ ਤਿਆਰ ਕੀਤੀ, ਅੰਮ੍ਰਿਤ ਖੰਡੇ ਦਾ ਛਕਾਇਆ, ਸੂਰਵੀਰ ਸਿੰਘ ਯੋਧੇ ਪੈਦਾ ਕੀਤੇ, ਸਨ ਪਰਵਾਰੇ ਦੇਹ ਲਵਾਈ, ਗੁਰਸਿਮਰ ਮਨਾਈ, ਕਾਲਕਾ ਖੰਡੇ ਕੀ ਵੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ਼ਕਤੀ ਵਾਲਾ ਪੰਥ ਪੈਦਾ ਕੀਤਾ ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਸੀ। ਹਾਂਜੀ, ਗੁਰੂ ਨਾਨਕ ਬਚ ਗਏ ਬਿਕਾਈ, ਗੁਰੂ ਕਲਗੀਧਰ ਜੀ ਨੇ ਗੁਰੂ ਨਾਨਕ ਦੇ ਬਚਨਾਂ ਤੇ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਬਚਨਾਂ ਤੇ ਵਿਕ ਗਏ, ਬਚਨਾਂ ਦੇ ਉੱਤੇ ਆਪਣਾ ਸਭ ਕੁਛ ਨਿਸ਼ਾਵਰ ਕਰ ਦਿੱਤਾ ਸਾਹਿਬ ਸ੍ਰੀ ਕਲਗੀਧਰ ਜੀ ਨੇ। ਪੁੱਤਰ ਚੰਡੀ ਕੀ ਭੇਟ ਚੜਾਏ, ਆਪਣੇ ਚਾਰੇ ਪੁੱਤਰ ਚੰਡੀ ਦੀ ਭੇਟਾ ਕਰ ਦਿੱਤੇ। ਜੋ ਯੁੱਧ ਦੀ ਮਹਾਨ ਸ਼ਕਤੀ ਚੰਡੀ ਹੈ, ਭਗਵਤੀ ਹੈ, ਤੇਗ ਹੈ, ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਤੇਗ ਦੀ ਭੇਟਾ ਚੜ੍ਹ ਗਏ। ਦੋ ਚਮਕੌਰ ਦੇ ਯੁੱਧ ਵਿੱਚ, ਦੋ ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦੀ ਪਾ ਗਏ। ਤੁਰਕਾਂ ਸਿਰ ਬੁਰਿਆਈ ਲਾਏ, ਤੁਰਕਾਂ ਦੇ ਸਿਰ ਵੱਡੀ ਭਾਰੀ ਬੁਰਿਆਈ, ਉਹਨਾਂ ਦੇ ਮੱਥੇ ਤੇ ਕਲੰਕ ਲਾ ਗਏ ਚਾਰੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਕੇ। ਅਕੇ ਬੰਸ ਅਕੇ ਅਹੰਸ ਰਹਾਈ, ਦੇਖੋ ਬਈ ਖਾਲਸਾ ਜੀ, ਦੋ ਚੀਜ਼ਾਂ ਹਨ, ਇੱਕ ਬੰਸ ਹੁੰਦਾ, ਇੱਕ ਅੰਸ ਹੁੰਦੀ ਹੈ। ਇੱਕ ਚੀਜ਼ ਬਚਦੀ ਹੈ, ਜਾਂ ਆਪਣਾ ਪੰਥ ਬਚਾ ਲਓ, ਜਾਂ ਆਪਣਾ ਪਰਿਵਾਰ ਬਚਾ ਲਓ। ਹੁਣ ਗੁਰੂ ਸਾਹਿਬ ਦੇ ਸਾਹਮਣੇ ਦੋ ਗੱਲਾਂ ਸੀ, ਜਾਂ ਤਾਂ ਉਹ ਆਪਣਾ ਪਰਿਵਾਰ ਬਚਾਉਂਦੇ ਤੇ ਉਹਨਾਂ ਦਾ ਪੰਥ ਖਤਮ ਹੋ ਜਾਣਾ ਸੀ। ਜੇ ਗੁਰੂ ਸਾਹਿਬ ਆਪਣਾ ਪਰਿਵਾਰ ਬਚਾਉਂਦੇ, ਮੁਸਲਮਾਨ ਬਣ ਜਾਂਦੇ ਤੇ ਪੰਥ ਖਾਲਸਾ ਖਤਮ, ਜਾਂ ਫਿਰ ਪੰਥ ਬਚਾਉਂਦੇ ਤੇ ਪਰਿਵਾਰ ਖਤਮ। ਦੋਵਾਂ 'ਚੋਂ ਇੱਕ ਚੀਜ਼ ਚੁਣਨੀ ਪੈਣੀ ਸੀ। ਗੁਰੂ ਸਾਹਿਬ ਨੇ ਪੰਥ ਨੂੰ ਚੁਣ ਲਿਆ ਤੇ ਆਪਣੀ ਅੰਸ, ਆਪਣਾ ਪਰਿਵਾਰ, ਆਪਣੇ ਬੱਚੇ ਜਿਹੜੇ ਸੀ ਸ਼ਹੀਦ ਕਰਾ ਲਏ। ਇੱਕ ਮਿਆਨ ਛੁਰੀ ਦੋ ਨਾ ਸਮਾਈ, ਜਿਵੇਂ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਆਉਂਦੀਆਂ। ਕਦੀ ਦੇਖੋ ਤੁਸੀਂ, ਮਿਆਨ 'ਚ ਇੱਕੋ ਹੀ ਤਲਵਾਰ ਪੈਂਦੀ, ਦੋ ਨਹੀਂ ਨਾ ਪੈਂਦੀਆਂ। ਇੱਦਾਂ ਸਾਧ ਸੰਗਤ ਜੀ, ਦੋ ਚੀਜ਼ਾਂ ਨਹੀਂ ਰਹਿੰਦੀਆਂ ਵੀ ਆਪਣਾ ਪਰਿਵਾਰ ਵੀ ਪਾਲ ਲਈਏ ਅਤੇ ਪੰਥ ਵੀ ਬਚ ਜਾਵੇ। ਇੱਕ ਇੱਕੋ ਹੀ ਕੰਮ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੰਥ ਬਚਾਇਆ, ਆਪਣੇ ਪਰਿਵਾਰ ਦੀ ਬਲੀ ਦੇ ਦਿੱਤੀ। ਇੱਕ ਤਖਤ ਦੋ ਬਹਿਨਾ ਭੂਪ, ਜਿਵੇਂ ਇੱਕ ਤਖਤ ਤੇ ਦੋ ਰਾਜੇ ਨਹੀਂ ਬਹਿ ਸਕਦੇ, ਇੱਕ ਮਿਆਨ 'ਚ ਦੋ ਤੇਗਾਂ ਨਹੀਂ ਬਹਿ ਪੈ ਸਕਦੀਆਂ। ਕਾਲਯੁਗ ਪਵੇ ਨਾ ਦੋਏ ਅਨੂਪ, ਇਹ ਦੋ ਚੀਜ਼ਾਂ ਕਾਲਯੁਗ ਦੇ ਵਿੱਚ ਨਹੀਂ ਚੱਲਦੀਆਂ। ਇੱਕ ਤਖਤ ਤੇ ਦੋ ਰਾਜੇ ਕਦੀ ਨਹੀਂ ਹੁੰਦੇ। ਦੇਖੋ ਕਿਸੇ ਮੁਲਕ ਦਾ ਵੀ ਇੱਕੋ ਹੀ ਰਾਜਾ ਹੁੰਦਾ, ਦੋ ਨਹੀਂ ਹੁੰਦੇ। ਜੰਗਲ 'ਚ ਇੱਕੋ ਹੀ ਸ਼ੇਰ ਰਾਜਾ ਹੁੰਦਾ, ਬਾਕੀ ਉਹਦੇ ਸਭ ਅਧੀਨ ਹੁੰਦੇ ਆ। ਇਸੇ ਤਰ੍ਹਾਂ ਇੱਕ ਮਿਆਨ 'ਚ ਇੱਕੋ ਹੀ ਤਲਵਾਰ ਹੁੰਦੀ, ਦੋ ਨਹੀਂ ਪੈਂਦੀਆਂ। ਤਬ ਸਿੱਖਣ ਯੈ ਬਾਤ ਪੁੱਛੀ, ਤਾਂ ਜਦੋਂ ਭਾਈ ਤਾਰੂ ਸਿੰਘ ਕਹਿੰਦੇ ਦੇਖੋ ਗੁਰੂ ਸਾਹਿਬ ਦੇ ਸਾਹਮਣੇ ਦੋ ਆਪਸ਼ਨ ਸਨ, ਇੱਕ ਤਾਂ ਪਰਿਵਾਰ ਬਚਾਉਣ ਦਾ, ਇੱਕ ਪੰਥ ਬਚਾਉਣ ਦਾ। ਗੁਰੂ ਕਲਗੀਧਰ ਜੀ ਨੇ ਪੰਥ ਬਚਾ ਲਿਆ, ਪਰਿਵਾਰ ਕੁਰਬਾਨ ਕਰਤਾ ਸਾਰਾ। ਕਿਮ ਗੁਰ ਸੀਸ ਲਗਾਵਨ ਠਈ, ਭਾਈ ਸਾਹਿਬ, ਭਾਈ ਤਾਰੂ ਸਿੰਘ ਦਾ ਬਚਨ ਸੁਣ ਕੇ ਜਿਹੜੇ ਉੱਥੇ ਬੈਠੇ ਪਿੰਡ ਪੜਾਣੇ ਦੇ ਸਿੰਘ, ਰਾਤ ਦਾ ਟਾਈਮ ਹੈ ਸਾਧ ਸੰਗਤ ਜੀ, ਦੇਖੋ ਭਾਈ ਤਾਰੂ ਸਿੰਘ ਥਾਣੇ 'ਚ ਬੈਠੇ ਵੀ ਕਥਾ ਕਰ ਰਹੇ ਆ, ਥਾਣੇ 'ਚ ਬੈਠੇ ਸਿੰਘਾਂ ਨੂੰ ਸਮਝਾ ਰਹੇ ਆ ਬਚਨ।
ਇਹ ਬਚਨ ਦੇਖੋ ਪੁਰਾਤਨ ਗ੍ਰੰਥਾਂ 'ਚ ਵੀ ਮਿਲਣੇ ਆ, ਭਾਵੇਂ ਭਾਈ ਤਾਰੂ ਸਿੰਘ ਜੀ ਦੇ ਨਾਮ 'ਤੇ ਅੱਜ ਕੱਲ੍ਹ ਫਿਲਮਾਂ ਵੀ ਬਣ ਗਈਆਂ ਨੇ, ਪਰ ਆਹ ਜਿਹੜੇ ਬਚਨ ਪੰਥ ਪ੍ਰਕਾਸ਼ ਵਿੱਚ ਆਏ ਆ ਨਾ, ਇਹ ਉੱਥੇ ਨਹੀਂ ਉਹਨਾਂ ਦਿਖਾਏ, ਉਹ ਕਿਉਂਕਿ ਇਹ ਵਿਸਥਾਰ ਹੈ, ਬੜਾ ਡੂੰਘਾ ਹੈ ਅਤੇ ਇਹਦਾ ਵਿਸਥਾਰ ਕਥਾ ਵਿੱਚ ਹੀ ਆਨੰਦ ਆਉਂਦਾ ਹੈ, ਇਸ ਕਰਕੇ ਕਥਾ ਜ਼ਰੂਰ ਸੁਣਨੀ ਚਾਹੀਏ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ। ਕਹਿੰਦੇ ਜਦੋਂ ਭਾਈ ਤਾਰੂ ਸਿੰਘ ਜੀ ਰਾਤ ਨੂੰ ਸਿੰਘਾਂ ਨੂੰ ਕਥਾ ਸੁਣਾ ਰਹੇ ਨੇ ਤੇ ਸਿੰਘਾਂ ਨੇ ਪ੍ਰਸ਼ਨ ਕੀਤਾ, ਸਵਾਲ ਕਰਿਆ, ਪੁੱਛਿਆ, ਤਾਰੂ ਸਿੰਘ ਉੱਤਰ ਦਿਓ ਸਤਿਗੁਰ ਮੁਖੋਂ ਫੁਰਮਾਏ। ਭਾਈ ਤਾਰੂ ਸਿੰਘ ਨੂੰ ਪੁੱਛਿਆ, ਜੀ ਇਹ ਦੱਸੋ ਵੀ ਗੁਰੂ ਸਾਹਿਬ ਨੇ ਸੀਸ ਕਿਉਂ ਲਾਏ ਆਪਣੇ, ਪਹਿਲਾਂ ਪੰਜਵੇਂ ਜਾਮੇ 'ਚ, ਫਿਰ ਨੌਵੇਂ ਜਾਮੇ ਵਿੱਚ, ਫਿਰ ਸਾਹਿਬਜ਼ਾਦਿਆਂ ਦੇ ਸੀਸ ਲੱਗੇ ਆ, ਉਹ ਕਿਉਂ ਲੱਗੇ, ਉਹਦਾ ਕੀ ਕਾਰਨ ਹੈ? ਹਾਂਜੀ, ਸੋ ਫਰਮਾਇਓ ਕਿਮ ਮਿਟੈ ਲਿਖਿਓ ਗਯੋ ਦਰਗਾਹੇ। ਭਾਈ ਤਾਰੂ ਸਿੰਘ ਉੱਤਰ ਦਿੰਦੇ, ਕਹਿੰਦੇ ਦੇਖੋ ਬਈ, ਜੋ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹ ਤੋਂ ਨਿਕਲ ਗਿਆ ਉਹ ਟਾਲ ਨਹੀਂ ਸਕਦਾ, ਦੁਨੀਆਂ ਦੀ ਕੋਈ ਤਾਕਤ ਉਹ ਬਚਨ ਨਹੀਂ ਟਾਲ ਸਕਦੀ। ਗੁਰੂ ਨਾਨਕ ਜਿਨ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਸਰੂਪ ਸਨ ਅਤੇ ਉਹਨਾਂ ਦੀ ਰਸਨਾ ਤੋਂ ਇਹ ਬਚਨ ਪਹਿਲਾਂ ਹੀ ਨਿਕਲ ਚੁੱਕੇ ਸਨ। ਹਾਂਜੀ, ਸਿੱਖਣ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। ਖਾਲਸਾ ਜੀ, ਸਤਿਗੁਰਾਂ ਨੇ ਸਿੱਖਾਂ ਵਾਸਤੇ ਸੀਸ ਲਾਏ ਆਪਣੇ, ਸਿੱਖਣ ਕਾਰਨ ਸਤਿਗੁਰੂ ਦੀਨੇ ਸੀਸ ਲਗਾਏ। ਗੁਰੂਆਂ ਨੂੰ ਆਪ ਕੋਈ ਖੁਦਗਰਜ਼ੀ ਨਹੀਂ ਸੀ, ਨਾ ਉਹਨਾਂ ਨੂੰ ਸਵਾਰਥ ਸੀ ਕੋਈ, ਉਹਨਾਂ ਨੇ ਨਾ ਕੋਈ ਰਾਜ ਕਰਨਾ ਸੀ ਕਿਸੇ ਪ੍ਰਦੇਸ਼ ਦਾ, ਨਾ ਕੋਈ ਉਹਨਾਂ ਨੂੰ ਜਗੀਰਾਂ ਦੀ ਜਾਂ ਕਿਸੇ ਸੁੱਖ ਦੀ ਲੋੜ ਸੀ, ਉਹ ਤਾਂ ਪਾਤਸ਼ਾਹ ਸਨ ਦਰਗਾਹੀ। ਸਿੱਖਾਂ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਵੀ ਮੇਰਾ ਪਰਿਵਾਰ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਕਲਗੀਧਰ ਪਾਤਸ਼ਾਹ ਜੀ ਆਪਣਾ ਪਰਿਵਾਰ ਵਾਰ ਕੇ ਸਾਨੂੰ ਆਪਣਾ ਪਰਿਵਾਰ ਬਣਾਇਆ ਅਤੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਹਨ। ਸੋ ਸਿੱਖ ਹਮ ਉਸ ਗੁਰੂ ਕੇ ਕਿਮ ਰਾਖੈ ਸੀਸ ਬਚਾਏ। ਖਾਲਸਾ ਜੀ, ਅਸੀਂ ਉਸ ਗੁਰੂ ਦੇ ਸਿੱਖ ਹਾਂ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਦੇ, ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਪਰਿਵਾਰ ਹੀ ਵਾਰ ਦਿੱਤੇ ਹਨ। ਤਬ ਸੰਗਤ ਸੋਨਾ ਅਚਰਜ ਪਈ। ਇਹ ਬਚਨ ਸੁਣ ਕੇ ਸੰਗਤ ਬੜੀ ਹੈਰਾਨ ਹੋਈ ਪੜਾਣੇ ਪਿੰਡ ਦੀ। ਕੌਣ ਵਖਤ ਗੁਰ ਗੈ ਬਿਕਈ। ਉਹ ਕਹਿੰਦੇ ਦੱਸੋ ਭਾਈ ਤਾਰੂ ਸਿੰਘ ਜੀ, ਕਿਹੜਾ ਉਹ ਸਮਾਂ ਸੀ ਜਦੋਂ ਗੁਰੂ ਨਾਨਕ ਸਾਹਿਬ ਇਹ ਬਚਨ ਕੀਤੇ ਸਨ? ਕੌਣ ਓੜਕ ਗੁਰੂ ਨਾਨਕ ਆਈ। ਗੁਰੂ ਨਾਨਕ ਸਾਹਿਬ ਨੂੰ ਕੀ ਲੋੜ ਪੈ ਗਈ ਸੀ ਇਹ ਗੱਲ ਦੀ? ਉਹਨਾਂ ਨੇ ਕਿਉਂ ਕਿਹਾ ਸੀ ਵੀ ਮੇਰੇ ਸਿੱਖ ਰਾਜ ਸੀਸ ਦੇ ਕੇ ਲੈਣਗੇ, ਉਹਦਾ ਕੀ ਕਾਰਨ ਸੀ? ਆਪ ਕਿਰਪਾ ਕਰਕੇ ਦੱਸੋ। ਕਰ ਕਿਰਪਾ ਵਹਿ ਦੇਹੋ ਸੁਨਾਈ। ਇਹ ਭਾਈ ਤਾਰੂ ਸਿੰਘ ਜੀ, ਤੁਸੀਂ ਗੁਰਮੁਖ ਪਿਆਰੇ ਹੋ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਿਵਾਜੇ ਸਿੰਘ ਹੋ, ਕਿਰਪਾ ਕਰਕੇ ਦੱਸੋ ਕਿਸ ਕਾਰਨ ਕਰਕੇ ਗੁਰੂ ਨਾਨਕ ਸਾਹਿਬ ਐਸਾ ਬਚਨ ਕੀਤਾ ਸੀ ਕਿ ਅਸੀਂ ਮੁਗਲਾਂ ਨੂੰ ਸੱਤ ਪੁਸਤਾਂ ਦਾ ਰਾਜ ਦੇ ਰਹੇ ਹਾਂ, ਮੇਰੇ ਸਿੰਘ ਇਹ ਸੀਸ ਦੇ ਕੇ ਵਾਪਸ ਲੈ ਲੈਣਗੇ, ਉਹ ਬਚਨ ਦਾ ਕਾਰਨ ਕੀ ਹੈ? ਕਿਰਪਾ ਕਰਕੇ ਦੱਸੋ। ਕਿਸੇ ਵਸਤ ਕੀ ਨਹਿ ਥੁੜ ਲੋੜ। ਸਤਿਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਕਿਸੇ ਵਸਤੂ ਦੀ ਲੋੜ ਨਹੀਂ ਸੀ, ਥੁੜ ਨਹੀਂ ਸੀ, ਉਹਨਾਂ ਨੂੰ ਕੀ ਲੋੜ ਸੀ ਕਿ ਉਹ ਇਸ ਤਰ੍ਹਾਂ ਦਾ ਬਚਨ ਕਰਦੇ? ਕੋਈ ਕਾਰਨ ਬਣਿਆ ਹੋਵੇਗਾ। ਤਜੀ ਪਤਸ਼ਾਹੀ ਉਨੇ ਕਰੋੜ। ਗੁਰੂ ਨਾਨਕ ਸਾਹਿਬ ਤਾਂ ਕਰੋੜਾਂ ਪਾਤਸ਼ਾਹੀਆਂ ਦੇ ਮਾਲਕ ਅਤੇ ਠੋਕਰ ਮਾਰਦੇ ਆ ਪਾਤਸ਼ਾਹੀਆਂ ਨੂੰ, ਉਹ ਤਾਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਹਨ। ਰਿਤ ਸਿੱਧ ਸਭ ਹਾਜ਼ਰ ਰਹਿ। ਸਭ ਤੋਂ ਵੱਡੇ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ, ਰਿਧੀਆਂ ਸਿੱਧੀਆਂ ਚਰਨਾਂ 'ਚ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਹਨ, ਕਰੋੜਾਂ ਪਾਤਸ਼ਾਹੀਆਂ ਉਹਨਾਂ ਦੇ ਚਰਨਾਂ 'ਚ ਸਿਰ ਨਵਾਉਂਦੀਆਂ ਹਨ,
ਉਹਨਾਂ ਨੂੰ ਇਹ ਬਚਨ ਕਰਨ ਦੀ ਕੀ ਲੋੜ ਪਈ, ਕਦੋਂ ਪਈ? ਮੁਖ ਮੈਂ ਸਦਾ ਸੁਰਸਤੀ ਬਹਿ। ਸਤਿਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਸਾਧ ਸੰਗਤ ਅੰਮ੍ਰਿਤ ਵਸਦਾ ਸੀ। ਸੁਰਸਤੀ ਉਹ ਸ਼ਕਤੀ ਜੋ ਬਚਨ ਕਹੀਏ ਪੂਰਾ ਹੋ ਜਾਵੇ, ਵਾਕ ਸਿੱਧੀ। ਇਹ ਤਾਂ ਗੁਰੂ ਨਾਨਕ ਦੇ ਸਿੱਖਾਂ ਵਿੱਚ ਵੀ ਆ ਜਾਂਦੀ ਹੈ, ਨਾਮ ਜਪਣ ਵਾਲਿਆਂ ਦੇ ਵਿੱਚ ਇਹ ਕਲਾ ਆ ਜਾਂਦੀ ਹੈ। ਜੋ ਮੂੰਹ ਤੋਂ ਬਚਨ ਕਹਿੰਦੇ ਸੁੱਤੇ ਸਿੱਧ ਪੂਰਾ ਹੋ ਜਾਂਦਾ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ, ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹੋਵੰਦੇ। ਜੋ ਮਹਾਂਪੁਰਸ਼ ਗੁਰਮੁਖ ਬਚਨ ਕਰ ਦਿੰਦੇ ਉਹ ਪੂਰੇ ਹੁੰਦੇ ਆ। ਇੱਕ ਸਾਧ ਬਚਨ ਅਡਲਾਦਾ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਸੋ ਸਤਿਗੁਰੂ ਨਾਨਕ ਸਾਹਿਬ ਜੀ ਤਾਂ ਆਪ ਪਰਮੇਸ਼ਰ ਸਨ, ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਟਲ ਨਹੀਂ ਸਕਦੇ। ਖਾਲਸਾ ਜੀ, ਅਕਾਲ ਪੁਰਖ ਆਪ ਕਰੇ ਸਹਾਇ। ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਆਪਣੇ ਭਗਤਾਂ ਦੀ ਆਪ ਸਹਾਇਤਾ ਕਰਦਾ, ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਿਹੋ ਜਿਹੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਨਿਕਟੀ ਹੋਏ ਦਿਖਾਵੈ। ਹਾਂਜੀ, ਅੰਨ ਦੇਵ ਆਪ ਲੰਗਰ ਵਰਤਾਏ। ਗੁਰੂ ਨਾਨਕ ਦੇ ਲੰਗਰ ਤੇ ਅੰਨ ਦੇਵਤਾ ਆਪ ਆ ਕੇ ਸੇਵਾ ਕਰਦਾ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਜਿੰਨੇ ਦੇਵਤੇ ਹਨ, ਬਾਬੇ ਨਾਨਕ ਦੇ ਲੰਗਰ 'ਚ ਹੱਥ ਜੋੜ ਕੇ ਖੜੇ ਰਹਿੰਦੇ ਆ। ਅਤੋਟ ਤੋਟ ਹੀ ਨਹੀਂ ਆਉਂਦੀ, ਤੋਟ ਨਾ ਆਵੇ ਵੱਧੋ ਜਾਈ। ਖਜ਼ਾਨਾ ਗੁਰੂ ਨਾਨਕ ਸਾਹਿਬ ਦਾ ਐਸਾ ਹੈ, 20 ਰੁਪਈਏ ਜਮ੍ਹਾਂ ਕਰਾਏ ਹੋਏ ਨੇ। ਸਾਧ ਸੰਗਤ ਜੀ, ਵਿਆਜ ਸਾਰੀ ਦੁਨੀਆ ਖਾਈ ਜਾਂਦੀ ਹੈ। ਇਹ ਸਤਿਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਜਿੱਥੇ ਹਰ ਇੱਕ ਜਾਤੀ ਮਜ਼ਹਬ ਦਾ, ਹਰ ਕੌਮ ਦਾ, ਹਰ ਦੇਸ਼ ਦਾ ਕੋਈ ਵੀ ਵਿਅਕਤੀ ਆ ਜਾਵੇ ਉਹਨੂੰ ਬਿਨਾਂ ਵਿਤਕਰੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਹਾਂਜੀ, ਭਇਓ ਭੰਡਾਰੀ ਕੁਬੇਰ ਸੋ ਆਈ। ਜਿਹੜਾ ਦੇਵਤਿਆਂ ਦਾ ਭੰਡਾਰੀ ਕੁਬੇਰ ਹੈ, ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਮੋਦੀ ਬਣ ਕੇ ਸੇਵਾ ਕਰਦਾ ਹੈ, ਹੱਥ ਜੋੜ ਕੇ ਖੜਾ ਰਹਿੰਦਾ ਹੈ। ਸੁਰ ਤਰ ਸੁਰ ਸਰ ਪੀ ਰਹਿ ਸੁਦਾਈ। ਜੋ ਪਾਰ ਜਾਤ ਕਲਪ ਬਿਰਸ਼ ਦੇਵਤਿਆਂ ਦਾ ਬ੍ਰਿਕਸ਼ ਹੈ। ਸਾਧ ਸੰਗਤ ਜੀ, ਆਪਾਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ ਨਾ, ਪਾਰ ਜਾਤ ਗੋਪੀ ਲੈ ਆਇਆ। ਇਹ ਪਾਰ ਜਾਤ ਦੇਵਤਿਆਂ ਦੇ ਬਾਗ ਵਿੱਚ ਇੱਕ ਐਸਾ ਬੂਟਾ ਹੈ, ਕਹਿੰਦੇ ਆ ਜਿਹੜਾ ਵੀ ਕੋਈ ਵਿਅਕਤੀ ਕੋਈ ਫੁਰਨਾ ਕਰੇ ਉਹਦੇ ਕੋਲ ਵੀ ਮੈਨੂੰ ਆਹ ਫਲ ਚਾਹੀਦਾ, ਉਹੀ ਫਲ ਮਿਲ ਜਾਂਦਾ। ਅਤੇ ਕਾਮ ਧੇਨ ਗਊ ਹੈ, ਉਹਦੇ ਕੋਲੋਂ ਜਿਹੜੀ ਚੀਜ਼ ਮੰਗੋ ਉਹੀ ਮਿਲ ਜਾਂਦੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਇਹ ਪਾਰ ਜਾਤ ਹੈ, ਇਹੀ ਕਾਮ ਧੇਨ ਹੈ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਰਿਧੀਆਂ ਸਿੱਧੀਆਂ ਬੂਹੇ ਤੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਹਨ। ਤਬ ਤਾਰੂ ਸਿੰਘ ਉੱਤਰ ਕਹਿ। ਭਾਈ ਤਾਰੂ ਸਿੰਘ ਸਿੰਘਾਂ ਨੂੰ ਸਮਝਾ ਰਹੇ ਹਨ। ਖਾਲਸਾ ਜੀ, ਦੇਖੋ ਗੁਰੂ ਨਾਨਕ ਬਹੁਤ ਵੱਡੇ ਹਨ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਕੋਟ ਬ੍ਰਹਮੰਡ ਕੋ ਠਾਕਰ ਸਵਾਮੀ, ਸਰਬ ਜੀਆ ਕਾ ਦਾਤਾ ਰੇ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ, ਗੁਰੂ ਨਾਨਕ ਸਾਹਿਬ ਦੇ ਰੂਪ ਚ ਪ੍ਰਗਟ ਹੋਇਆ ਹੈ। ਹਾਂਜੀ, ਆਪਣੀ ਗਤ ਗੁਰ ਆਪੇ ਲਹਿ। ਆਪਣੀ ਗਤ ਮਿਤ ਨੂੰ ਗੁਰੂ ਨਾਨਕ ਸਾਹਿਬ ਆਪ ਹੀ ਜਾਣਦੇ। ਪ੍ਰਭ ਕੀ ਗਤ ਨਾ ਕੋਊ ਜਾਣੈ, ਦੂਸਰਾ ਨਹੀਂ ਜਾਣ ਸਕਦਾ। ਜੋਗੀ ਜਤੀ ਤਪੀ ਪਜ ਹਾਰੇ, ਅਰਬ ਲੋਕ ਸਿਆਣੇ।
ਬੜੇ ਬੜੇ ਸਿਆਣੇ ਲੋਕ ਬੁੱਧੀਮਾਨ ਇੱਥੇ ਆ ਕੇ ਫੇਲ ਹੋ ਜਾਂਦੇ। ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਮਤ ਮਰਿਆਦਾ ਨੂੰ ਨਹੀਂ ਜਾਣ ਸਕਦੇ। ਹਾਂਜੀ, ਨਹੀਂ ਅੰਤ ਕਿਛ ਪਾਇਆ ਜਾਏ। ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮਾਇਆ ਦਾ ਅੰਤ ਕਿਸੇ ਤੋਂ ਨਹੀਂ ਪੈ ਸਕਦਾ। ਉਨਕੇ ਭੇਦ ਹੈ ਉਨਹੀ ਪਾਹੇ। ਗੁਰੂ ਨਾਨਕ ਦੇ ਭੇਦ ਗੁਰੂ ਨਾਨਕ ਦੇ ਕੋਲ ਹੀ ਹਨ। ਗੁਰੂ ਨਾਨਕ ਦਾ ਭੇਦ ਦੂਜਾ ਨਹੀਂ ਪਾ ਸਕਦਾ। ਹਾਂਜੀ, ਦੋਹਰਾ ਜਿਸ ਜਿਮ ਪਸਮੰਤਰ ਕੋ ਸ਼ਿਵੈ ਮਨ ਚਿਤ ਕਰ ਬਰ ਦੀਨ। ਇੱਕ ਪਸਮੰਤਰ ਦੈਂਤ ਹੋਇਆ ਉਹਨੂੰ ਪਸਮਾਂਗਤ ਵੀ ਕਹਿੰਦੇ ਹਨ। ਉਹਨੇ ਬਹੁਤ ਲੰਮੀ ਤਪੱਸਿਆ ਕੀਤੀ ਸ਼ਿਵਜੀ ਭਗਵਾਨ ਦੀ, ਬੜੀ ਸੇਵਾ ਕੀਤੀ, ਤਪੱਸਿਆ ਕੀਤੀ। ਉਹਦੀ ਤਪੱਸਿਆ 'ਤੇ ਸ਼ਿਵਜੀ ਪ੍ਰਸੰਨ ਹੋ ਗਏ, ਬਹੁਤ ਪ੍ਰਸੰਨ ਹੋ ਗਏ, ਖੁਸ਼ ਹੋ ਕੇ ਉਹਨੂੰ ਵਰ ਦਿੱਤਾ। ਤਿਮ ਸਤਿਗੁਰ ਬਰ ਬਾਬਰੈ ਦਇਓ ਬੇਪਰਵਾਹੀ ਕੀਨ। ਭੋਲੇਨਾਥ ਸ਼ਿਵ ਜੀ ਕਹਿਣ ਲੱਗੇ, ਪਸਮਾਂਗਤ ਤੂੰ ਮੇਰੀ ਬੜੀ ਸੇਵਾ ਕੀਤੀ ਹੈ, ਮੰਗ ਕੀ ਮੰਗਦਾ ਹੈ। ਉਹ ਮਨ 'ਚ ਬੇਈਮਾਨ ਹੋ ਗਿਆ, ਜਿਹਦੀ ਸੇਵਾ ਕੀਤੀ ਸੀ ਉਹਦੇ ਪ੍ਰਤੀ ਮਨ 'ਚ ਮਾੜਾ ਖਿਆਲ ਆ ਗਿਆ। ਉਹਨੇ ਸੋਚਿਆ ਵੀ ਇਹ ਭੋਲੇਨਾਥ ਦੀ ਘਰਵਾਲੀ ਬੜੀ ਸੁੰਦਰ ਹੈ ਪਾਰਵਤੀ, ਹੁਣ ਜਿਹੜੀ ਗੁਰੂ ਦੀ ਘਰ ਵਾਲੀ ਹੋਵੇ ਹੁੰਦੀ ਤਾਂ ਮਾਂ ਹੈ, ਪਰ ਦੈਂਤਾਂ ਨੂੰ ਕੀ ਲੱਗੇ ਮਾਂ ਭੈਣ ਕੀ ਹੁੰਦੀ ਹੈ, ਦੈਂਤ ਬਿਰਤੀ ਸੀ। ਉਸ ਨੇ ਸ਼ਿਵਜੀ ਕੋਲੋਂ ਵਰ ਮੰਗਿਆ, ਕਹਿੰਦਾ ਜੀ ਐਸਾ ਵਰ ਦਿਓ ਮੈਂ ਜਿਹਦੇ ਸਿਰ 'ਤੇ ਹੱਥ ਰੱਖਾਂ ਉਹ ਭਸਮ ਹੋ ਜਾਵੇ। ਵਰ ਕੀ ਮੰਗਿਆ ਵੀ ਜਿਹਦੇ ਸਿਰ 'ਤੇ ਮੈਂ ਹੱਥ ਰੱਖਾਂ ਉਹ ਸਵਾਹ ਹੋ ਜਾਵੇ, ਖਤਮ ਹੋ ਜਾਵੇ, ਭਸਮ ਹੋ ਜਾਵੇ ਸੜ ਕੇ। ਹੁਣ ਸ਼ਿਵ ਜੀ ਦਾ ਤਾਂ ਕੰਮ ਹੈ ਜੋ ਕਿਸੇ ਨੇ ਮੰਗਿਆ ਦੇ ਦੇਣਾ। ਚੰਗਾ ਭਾਈ ਤਥਾ ਅਸਤੂ, ਇਵੇਂ ਹੀ ਹੋਵੇਗਾ। ਜਦੋਂ ਉਹ ਸ਼ਿਵ ਜੀ ਦੇ ਪਿੱਛੇ ਦੌੜਿਆ ਵੀ ਮੈਂ ਹੁਣ ਸ਼ਿਵ ਜੀ ਦੇ ਹੱਥ ਰੱਖਾਂ ਸਿਰ 'ਤੇ, ਸ਼ਿਵ ਜੀ ਨੂੰ ਮਾਰਾਂ ਅਤੇ ਪਾਰਵਤੀ ਖੋਹ ਲਵਾਂ, ਸ਼ਿਵ ਜੀ ਅੱਗੇ ਅੱਗੇ ਅਤੇ ਉਹ ਪਿੱਛੇ ਪਿੱਛੇ ਦੌੜੇ ਫਿਰਦੇ ਆ। ਪਾਰਵਤੀ ਨੂੰ ਪਤਾ ਲੱਗਾ, ਉਹ ਆ ਗਈ ਉੱਥੇ, ਕਹਿਣ ਲੱਗੀ ਪਸਮਾਂਗਤ ਕੀ ਗੱਲ ਹੈ ਬਾਈ। ਕਹਿੰਦਾ ਮੈਂ ਇਹਨੂੰ ਭਸਮ ਕਰਨਾ ਸ਼ਿਵ ਜੀ ਨੂੰ, ਤੇਰੇ ਘਰ ਵਾਲੇ ਨੂੰ। ਪਾਰਵਤੀ ਕਹਿੰਦੀ ਕਿਵੇਂ ਕਰੇਗਾ? ਕਹਿੰਦਾ ਮੈਂ ਇਹਦੇ ਕੋਲੋਂ ਵਰ ਲਿਆ ਵੀ ਜਿਹਦੇ ਸਿਰ 'ਤੇ ਹੱਥ ਰੱਖਾਂ ਉਹ ਭਸਮ ਹੋ ਜਾਏ। ਹੁਣ ਮੈਂ ਇਹਦੇ ਸਿਰ 'ਤੇ ਹੱਥ ਰੱਖਣਾ, ਇਹਨੇ ਭਸਮ ਹੋ ਜਾਣਾ, ਫਿਰ ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗਾ। ਪਾਰਵਤੀ ਕਹਿੰਦੀ ਹੈ ਯਾ ਬੋਰਾ ਤੇ ਤੈਂ ਕਿਆ ਬਰ ਲੀਨੋ। ਦਸਮ ਪਾਤਸ਼ਾਹ ਦੀ ਬਾਣੀ ਕਲਗੀਧਰ ਪਿਤਾ ਜੀ ਲਿਖੀ ਹੈ ਪੰਗਤੀ ਦਸਮ ਦੇ ਵਿੱਚ। ਪਾਰਵਤੀ ਕਹਿੰਦੀ ਤੂੰ ਇਸ ਬੌਲੇ ਕੋਲੋਂ ਇਹਦਾ ਭੰਗ ਸੁੱਖਾ ਪੀ ਕੇ ਜੋ ਮਰਜ਼ੀ ਕਹਿ ਦਿੰਦਾ ਹੋ ਜਾਏਗਾ, ਇਹ ਤਾਂ ਇਹਦੇ ਕਹਿਣ ਨਾਲ ਭਸਮ ਥੋੜ੍ਹਾ ਹੋ ਜਾਂਦਾ ਹੈ, ਇਵੇਂ ਥੋੜ੍ਹਾ ਤੂੰ ਹੱਥ ਰੱਖੇਂਗਾ ਭਸਮ, ਤੂੰ ਆਪਣੇ ਸਿਰ 'ਤੇ ਹੱਥ ਰੱਖ ਕੇ ਦੇਖ ਜਰਾ। ਉਹਨੇ ਇੱਦਾਂ ਹੱਥ ਕੀਤਾ, ਆਪ ਹੀ ਭਸਮ ਹੋ ਗਿਆ, ਆਪ ਹੀ ਖਤਮ ਹੋ ਗਿਆ। ਇਸ ਤਰ੍ਹਾਂ ਉਹਨੂੰ ਮਗਰੋਂ ਲਾਇਆ ਪਾਰਵਤੀ ਨੇ। ਸੋ ਸਾਧ ਸੰਗਤ ਜੀ, ਇਹ ਜਿਹੜਾ ਬਾਬਰ ਸੀ ਨਾ, ਇਹਨੇ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵਰ ਲਿਆ ਵੀ ਮੈਂ ਮੁਲਕਾਂ ਦਾ, ਸਾਰੇ ਸੰਸਾਰ ਦਾ ਬਾਦਸ਼ਾਹ ਬਣਾ ਹਿੰਦੁਸਤਾਨ ਦਾ। ਪਰ ਇਹਨੇ ਉਹ ਵਰ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਇਹਨੂੰ, ਪਰ ਨਾਲ ਮਹਾਂਪੁਰਸ਼ਾਂ ਕੋਲ ਕੋਈ ਨਾ ਕੋਈ ਜੁਗਤੀ ਹੁੰਦੀ ਹੈ ਨਾ। ਅਤੇ ਸਤਿਗੁਰੂ ਨਾਨਕ ਸਾਹਿਬ ਜੀ ਇਹ ਵੀ ਬਚਨ ਕਹਿਤਾ ਵੀ ਜਿੰਨਾ ਚਿਰ ਗੁਰੂ ਘਰ ਦੇ ਤਾਬੇ ਰਹੋਗੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਸਤਿਕਾਰ 'ਚ ਕਾਇਮ ਰਹੋਗੇ, ਅਦਬ ਰੱਖੋਗੇ, ਉਹਨਾਂ 'ਚ ਰਾਜ ਰਹੇਗਾ। ਜਦੋਂ ਅਦਬ ਬੇਅਦਬੀ ਕਰੋਗੇ ਖਤਮ ਹੋ ਜਾਏਗਾ, ਉਦੋਂ ਸਾਡਾ ਖਾਲਸਾ ਖੋਲੇਗਾ। ਹਾਂਜੀ,
ਸੁਣੋ ਸੰਤ ਤੁਮ ਗੁਰੂ ਪਿਆਰੇ। ਸੋ ਖਾਲਸਾ ਜੀ ਤੁਸੀਂ ਸੁਣੋ ਹੁਣ ਭਾਈ ਤਾਰੂ ਸਿੰਘ ਜੀ ਕਥਾ ਸੁਣਾ ਰਹੇ ਸਿੰਘਾਂ ਨੂੰ। ਹਾਂਜੀ। ਮੁਖੋ ਆਖ ਗੁਰ ਦੁੱਖ ਸਹਿ ਪਾਰੇ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਰਾਜ ਦੇ ਕੇ ਬਾਅਦ ਚ ਦੁੱਖ ਵੀ ਬੜੇ ਭਾਰੀ ਸਹੇ ਹਨ, ਪਰ ਉਹ ਸਾਡੇ ਵਾਸਤੇ ਸਾਨੂੰ ਰਾਜ ਦੇਣਾ ਸੀਗਾ। ਆਪ ਤੱਤੀਆਂ ਤਵੀਆਂ ਤੇ ਬੈਠੇ, ਤੱਤੇ ਰੇਤੇ ਸੀਸ ਵਿੱਚ ਪਵਾਏ। ਜਿਵੇਂ ਇੱਕ ਬਾਣੀ 'ਚ ਪੰਕਤੀ ਆਉਂਦੀ ਹੈ ਵੀ ਮਾਤਾ ਪਿਤਾ ਜਾਂ ਕਿਸਾਨ ਖੇਤੀ ਕਰਦੇ ਬੜੇ ਕਸ਼ਟ ਸਹਿ ਕੇ, ਹਲ ਜੋਤਾ ਉਦਮ ਕਰੇ ਮੇਰਾ ਪੁੱਤ ਧੀ ਖਾਏ। ਬੜੀ ਮਿਹਨਤ ਅਸੀਂ ਕਰਦੇ ਹਾਂ, ਸਾਰੇ ਗ੍ਰਿਸ਼ਤੀ ਲੋਕ ਬੱਚਿਆਂ ਵਾਸਤੇ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਕਲਗੀਧਰ ਜੀ ਤੱਕ 10 ਜਾਮਿਆਂ 'ਚ ਵਰਤ ਕੇ ਸਾਡੇ ਲਈ ਕਸ਼ਟ ਸਹਾਰੇ ਹੈ ਵੀ ਮੇਰੇ ਸਿੱਖ ਸੁਖੀ ਵਸਣਗੇ। ਹਾਂਜੀ। ਬਚਨ ਕੱਢੇ ਮੁਖ ਪਰ ਗਏ ਪਾਰਨ। ਗੁਰੂ ਨਾਨਕ ਸਾਹਿਬ ਜੀ ਬਚਨ ਕੀਤੇ ਹੋਏ ਪਾਲਣੇ ਪੈ ਗਏ, ਪਾਲੇ ਫਿਰ ਮਹਾਰਾਜ ਨੇ ਬਚਨ ਪੂਰੇ ਕੀਤੇ। ਗੁਰ ਦੁੱਖ ਸਹਿ ਸਿੱਖਣ ਕੇ ਕਾਰਨ। ਗੁਰੂ ਸਾਹਿਬ ਆਪਣੇ ਸਿੱਖਾਂ ਵਾਸਤੇ ਭਾਰੀ ਕਸ਼ਟ ਸਹਿਆ ਹੈ। ਜਬ ਸ੍ਰੀ ਨਾਨਕ ਲਇਓ ਉਤਾਰ। ਜਦੋਂ ਗੁਰੂ ਨਾਨਕ ਸਾਹਿਬ ਅਵਤਾਰ ਧਾਰਿਆ ਸੀ ਸੰਸਾਰ ਦੇ ਵਿੱਚ 1526 ਕੱਤਕ ਸੁਦੀ ਪੂਰਨਮਾਸ਼ੀ ਨੂੰ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ। ਸਿੱਖ ਕੀਏ ਗੁਰ ਬਹੁਤ ਨਿਹਾਰ। ਔਰ ਲੱਖਾਂ ਕਰੋੜਾਂ ਲੋਕਾਂ ਨੂੰ ਨਿਹਾਲ ਕੀਤਾ। ਸੰਸਾਰ ਦੇ ਕੋਨੇ ਕੋਨੇ ਜਾ ਕੇ ਬਾਬੇ ਨਾਨਕ ਨੇ ਬੇਅੰਤ ਮਾਨਵਤਾ ਨੂੰ ਉਤਾਰਿਆ। ਹਿੰਦੂ ਮੁਸਲਮਾਨ ਬਿਨਾਂ ਵਿਤਕਰੇ ਦੇ ਆਪਣੇ ਲੜ ਲਾਏ, ਪਰਮੇਸ਼ਰ ਨਾਲ ਜੋੜਿਆ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਭਾਈ ਸੰਤੋਖ ਸਿੰਘ ਲਿਖਦੇ ਨੇ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਹੇ ਗੁਰੂ ਨਾਨਕ ਸਾਹਿਬ, ਆਕਾਸ਼ ਦੇ ਤਾਰੇ ਭਾਵੇਂ ਕੋਈ ਗਿਣ ਲਵੇ, ਪਰ ਤੇਰੇ ਤਾਰੇ ਹੋਏ ਸਿੱਖ ਨਹੀਂ ਗਿਣੇ ਜਾ ਸਕਦੇ। ਤਾਰੇ ਗਿਣੇ ਜਾਤ, ਆਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਆ, ਤੇਰੇ ਤਾਰੇ ਜਿੰਨੇ ਤੂੰ ਤਾਰ ਦਿੱਤੇ ਮੇਰੇ ਮਾਲਕਾ, ਉਹ ਗਿਣੇ ਨਹੀਂ ਜਾ ਸਕਦੇ। ਇਤਨੇ ਬੇਅੰਤ ਜੀਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਾਰਨ ਕੀਤਾ ਹੈ। ਜਿਨ ਸੇਵਾ ਕਛ ਤੁਛ ਹੈ ਕਰੀ। ਗੁਰੂ ਨਾਨਕ ਸਾਹਿਬ ਜੀ ਤਾਂ ਕਿਸੇ ਨੇ ਤੁਛ ਵੀ ਸੇਵਾ ਕਰਤੀ ਨਾ, ਥੋੜ੍ਹੀ ਵੀ ਸੇਵਾ ਕਰਤੀ ਕਿਸੇ ਨੇ। ਹਾਂਜੀ। ਬਹੁਤ ਲਾਭ ਉਹਨ ਪਾਇਓ ਕਰੀ। ਉਸੇ ਘੜੀ ਉਹਨੂੰ ਬਾਦਸ਼ਾਹੀਆਂ ਦੇ ਤੀਆਂ। ਕਾਬਲ ਦੇ ਲਾਗੇ ਭਾਈ ਬਾਲੇ ਮਰਦਾਨੇ ਸਮੇਤ ਮਹਾਰਾਜ ਖੇਤਾਂ 'ਚ ਬੈਠੇ। ਮਰਦਾਨਾ ਕਹਿੰਦਾ, ਮਹਾਰਾਜ ਭੁੱਖ ਬੜੀ ਲੱਗੀ ਹੈ, ਇੱਥੇ ਖਾਣ ਨੂੰ ਕੁਝ ਹੈ ਨਹੀਂ, ਜੇ ਹੁਕਮ ਹੋਵੇ ਤਾਂ ਖੇਤਾਂ 'ਚੋਂ ਚਣੇ ਪੱਟ ਲਵਾਂ। ਚਣਿਆਂ ਦਾ ਖੇਤ ਸੀਗਾ ਹਰੇ ਹਰੇ ਛੋਲੀਏ ਦਾ, ਉਹਨੂੰ ਲੋਕ ਪਹਿਲਾਂ ਪੱਟ ਕੇ ਅਤੇ ਬੂਟੇ ਨੂੰ ਅੱਗ ਬਾਲ ਕੇ ਭੁੰਨ ਲੈਂਦੇ ਆ, ਹੋਲਾਂ ਖਾ ਲੈਂਦੇ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਖੇਤ ਕਿਸੇ ਦਾ ਮਰਦਾਨਿਆ, ਕਿਸੇ ਦੀ ਅਮਾਨਤ ਖਿਆਨਤ ਨਹੀਂ ਕਰੀ, ਆਪਾਂ ਬੈਠੇ ਹਾਂ ਇਹ ਕੰਮ ਨਹੀਂ ਕਰਨਾ। ਇੰਨੇ ਨੂੰ ਉਸ ਖੇਤ ਦਾ ਰਾਖਾ ਇੱਕ ਲੜਕਾ ਆ ਗਿਆ, ਉਹ ਬੱਚਾ, ਉਹਨੇ ਵੇਖਿਆ ਸੰਤ ਬੈਠੇ ਨੇ, ਉਹਨੇ ਆਪ ਹੀ ਪੱਟ ਕੇ ਖੇਤ 'ਚੋਂ ਬੂਟਾ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਛਕਾਇਆ, ਹੋਲਾ ਭੁੰਨ ਕੇ ਮਰਦਾਨੇ ਨੂੰ। ਅਤੇ ਫਿਰ ਉਹ ਘਰ ਗਿਆ, ਕਹਿੰਦਾ ਪ੍ਰਸ਼ਾਦਾ ਲੈ ਕੇ ਆਵਾਂ ਮਹਾਰਾਜ? ਮਹਾਰਾਜ ਕਹਿੰਦੇ ਨਾ, ਉੱਥੇ ਬਚਨ ਹੋਇਆ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਉਹ ਮੁੰਡੇ ਦੀ ਬਾਂਹ ਫੜ ਲਈ, ਉਹ ਘਰ ਚੱਲਿਆ ਸੀ ਇੱਕ ਪ੍ਰਸ਼ਾਦਾ ਲੈ ਕੇ ਆਉਣਾ। ਸਤਿਗੁਰੂ ਕਹਿੰਦੇ, ਤੇਰਾ ਜਿਹੜਾ ਸੱਥਰ ਹੈ ਨਾ ਜ਼ਮੀਨ, ਤੇਰੇ ਖੇਤਾਂ 'ਚ ਬੈਠੇ ਹਾਂ, ਇਹੀ ਸਾਡੇ ਲਈ ਲੇਫਾਂ, ਰਜਾਈਆਂ, ਤਲਾਈਆਂ, ਗੱਦੇ ਹਨ, ਇਹੀ ਸਾਡੇ ਲਈ ਗਲੀਚੇ ਗਿਲਮ ਹਨ। ਤੇਰਾ ਜਿਹੜਾ ਪ੍ਰੇਮ ਹੈ ਉਹ ਸਾਡੇ ਲਈ ਪਕਵਾਨ ਹੈ। ਨਾਨਕ ਸਿਫਤ ਹੀ ਰੱਜਿਆ, ਨਾਨਕ ਦਾ ਵਾਹਿਗੁਰੂ ਦੀ ਸਿਫਤ ਨਾਲ ਅੱਗੇ ਹੀ ਰੱਜਿਆ ਹੋਇਆ, ਆਓ ਬਹੁ ਸੁਲਤਾਨ, ਸੁਲਤਾਨ ਬਹਿ ਜਾ। ਉਹ ਬੱਚਾ ਬੜਾ ਹੈਰਾਨ ਹੋਇਆ ਵੀ ਮੈਨੂੰ ਸੁਲਤਾਨ ਕਹਿ ਦਿੱਤਾ। ਮਹਾਰਾਜ ਉੱਥੋਂ ਚਲੇ ਗਏ।
ਮਰਦਾਨਾ ਪੁੱਛਦਾ ਜੀ ਇਹ ਬੱਚੇ ਨੂੰ ਤੁਸੀਂ ਸੁਲਤਾਨ ਕਿਉਂ ਕਿਹਾ? ਮਹਾਰਾਜ ਕਹਿੰਦੇ ਕੱਲ੍ਹ ਨੂੰ ਪਤਾ ਲੱਗੇਗਾ ਇਹ ਬਾਦਸ਼ਾਹ ਬਣੇਗਾ ਕਾਬਲ ਦਾ। ਰਾਤ ਨੂੰ ਕਾਬਲ ਦਾ ਬਾਦਸ਼ਾਹ ਮਰ ਗਿਆ, ਉਹਦੇ ਬੱਚਾ ਕੋਈ ਨਹੀਂ ਸੀ। ਰਿਵਾਜ਼ ਇਹ ਹੁੰਦਾ ਸੀ ਵੀ ਜਿਹੜਾ ਕੋਈ ਇਹੋ ਜਿਹਾ ਸਮਾਂ ਬਣ ਜਾਵੇ ਨਾ, ਵੱਡਾ ਦਰਵਾਜ਼ਾ ਬੰਦ ਕਰ ਦਿੰਦੇ ਸੀ, ਜਿਹੜਾ ਉਸ ਦਰਵਾਜ਼ੇ ਤੋਂ ਪਹਿਲਾਂ ਅੰਦਰ ਵੜੇ ਉਹਨੂੰ ਰਾਜਾ ਬਣਾ ਦਿੰਦੇ ਸੀ। ਉਹ ਸਵੇਰੇ ਲੜਕਾ ਕਿਸੇ ਕੰਮ ਨੂੰ ਬਾਜ਼ਾਰ 'ਚ ਵੜਿਆ, ਪਹਿਲਾਂ ਉਹ ਆਇਆ ਅਤੇ ਸਵੇਰੇ ਹੀ ਉਹਨੂੰ ਪਾ ਕੇ ਤਖ਼ਤ ਦੇ ਉੱਤੇ ਉਹਨਾਂ ਨੇ ਬਾਦਸ਼ਾਹ ਐਲਾਨ ਕਰ ਦਿੱਤਾ। ਅਤੇ ਸਾਧ ਸੰਗਤ ਜੀ ਉਹ ਤਾਂ ਐਸੇ ਮਾਲਕ ਸਨ ਵੀ ਜਿਨ੍ਹਾਂ ਨੂੰ ਦੋ ਚਣੇ ਦੀਆਂ ਹੋਲਾ ਕਿਸੇ ਨੇ ਚਬਾਤੀਆਂ ਅਤੇ ਉਹ ਵੀ ਖੁਸ਼ ਹੋ ਕੇ ਬਾਦਸ਼ਾਹ ਹੀ ਦੇ ਦਿੰਦੇ। ਸੋ ਐਸੇ ਸਤਿਗੁਰੂ ਨਾਨਕ ਸਾਹਿਬ ਬਾਬਰ 'ਤੇ ਕਿਰਪਾ ਕੀਤੀ ਸੀ। ਹਾਂਜੀ, ਸੁੱਧ ਚਿੱਤ ਜਿਨ੍ਹਾਂ ਦਰਸ਼ਨ ਕੀਓ, ਜਿਨ੍ਹਾਂ ਨੇ ਮਨ ਸਾਫ ਕਰਕੇ ਸ਼ੁੱਧ ਚਿੱਤ ਹੋ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਏ, ਉਸਨੇ ਵੀ ਫਲ ਬਾਂਛਤ ਲਿਓ, ਮਨ ਬਾਂਛਤ ਫਲਾਂ ਦੀ ਉਸਨੂੰ ਪ੍ਰਾਪਤੀ ਹੋਈ। ਘਰ ਬੈਠੇ ਜਿਨ ਮਨੇ ਧਿਆਇਆ, ਘਰ ਬੈਠੇ ਵੀ ਮਨ 'ਚ ਕਿਸੇ ਨੇ ਯਾਦ ਕਰ ਲਿਆ, ਕੋਈ ਕਿਤੇ ਬੈਠਾ ਹੋਵੇ ਉੱਥੇ ਜਾ ਕੇ ਦਰਸ਼ਨ ਦਿੱਤੇ ਗੁਰੂ ਨਾਨਕ ਸਾਹਿਬ ਨੇ। ਹੁਣ ਵੀ ਮਨ ਬਾਂਛਤ ਫਲ ਪਾਇਆ, ਜੋ ਮਨ ਦੀ ਇੱਛਾ ਸੀਗੀ ਗੁਰੂ ਨਾਨਕ ਸਾਹਿਬ ਨੇ ਘਰ ਬੈਠਿਆਂ ਦੀ ਪੂਰੀ ਕਰ ਦਿੱਤੀ। ਮਨ ਇੱਛੇ ਸਭ ਫਲ ਲਹਿ ਜੋ ਕੋ ਚਿਤਵਤ ਆਏ, ਮਨ ਇੱਛੇ ਸਗਲੇ ਫਲ ਪਾਈ। ਗੁਰੂ ਨਾਨਕ ਸਾਹਿਬ ਤੋਂ ਜੋ ਵੀ ਕੋਈ ਘਰ ਬੈਠਾ ਵੀ ਮੰਗ ਲਵੇ ਨਾ, ਗੁਰੂ ਉੱਥੇ ਬੈਠਾ ਅਰਦਾਸ ਸੁਣ ਲੈਂਦਾ। ਗੁਰਦੁਆਰੇ ਆ ਕੇ ਅਰਦਾਸ ਕਰਨੀ ਚੰਗੀ ਗੱਲ ਹੈ ਅਤੇ ਕਰਨੀ ਚਾਹੀਦੀ ਹੈ, ਪਰ ਸਾਧ ਸੰਗਤ ਜੀ ਕਈ ਸਮੇਂ ਐਸੇ ਹੁੰਦੇ ਆ ਬਿਪਤਾ ਦੇ, ਉੱਥੇ ਗੁਰਦੁਆਰਾ ਨਹੀਂ ਹੁੰਦਾ। ਜਿਵੇਂ ਭਾਈ ਮੱਖਣ ਸ਼ਾਹ ਦਾ ਜਹਾਜ਼ ਸਮੁੰਦਰ ਦੇ ਵਿੱਚ ਫਸਿਆ ਸੀ, ਉਹਨੇ ਉੱਥੇ ਹੀ ਅਰਦਾਸ ਕਰਤੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਇੱਥੇ ਮੇਰਾ ਜਹਾਜ਼ ਬੰਨੇ ਲਾਓ, ਅਤੇ ਨੌਵੇਂ ਪਾਤਸ਼ਾਹ ਕਿੱਥੇ ਉਹਦਾ ਜਾ ਕੇ ਜਹਾਜ਼ ਬੰਨੇ ਲਾਤਾ। ਇਸ ਤਰ੍ਹਾਂ ਜਿੱਥੇ ਔਕੜ ਘੜੀਆਂ ਗਲੀਆਂ ਭੇੜੀਆਂ, ਤਿੱਥੇ ਹਰ ਹਰ ਮੁਕਤ ਕਰਾਏ, ਔਖੇ ਤੋਂ ਔਖੇ ਸਮੇਂ ਗੁਰੂ ਸਾਹਿਬ ਸਹਾਇਤਾ ਕਰਦੇ। ਹਾਂਜੀ, ਸਤਿਗੁਰ ਕੇ ਪ੍ਰਤਾਪ ਤੇ ਖਾਲੀ ਨਾ ਕੋ ਜਾਏ, ਸ਼ਹੀਦ ਭਾਈ ਤਾਰੂ ਸਿੰਘ ਸਿੰਘਾਂ ਨੂੰ ਸੁਣਾ ਰਹੇ ਪੜਾਣੇ ਪਿੰਡ ਦੇ ਠਾਣੇ ਵਿੱਚ ਕਥਾ ਹੋ ਰਹੀ। ਰਾਤ ਦਾ ਸਮਾਂ ਹੈ, ਕੁਝ ਵਿਰਲੇ ਗੁਰਸਿੱਖ ਜਿਹੜੇ ਉਹਨਾਂ ਨੂੰ ਛੁਡਾਉਣ ਦੀ ਇੱਛਾ ਰੱਖਦੇ ਸਨ ਉਹ ਬੈਠੇ ਹਨ, ਉਹਨਾਂ ਨਾਲ ਸਵਾਲ ਜਵਾਬ ਹੋ ਰਹੇ ਹਨ। ਭਾਈ ਤਾਰੂ ਸਿੰਘ ਜੀ ਕਹਿੰਦੇ, ਸਤਿਗੁਰ ਤੇ ਪ੍ਰਤਾਪ ਤੇ ਖਾਲੀ ਕੋਈ ਨਾ ਜਾਏ। ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਐਸਾ ਹੈ, ਬੂਹੇ ਤੋਂ ਖਾਲੀ ਕੋਈ ਨਹੀਂ ਮੁੜਦਾ, ਜੋ ਵੀ ਆਵੇ ਝੋਲੀ ਭਰ ਕੇ ਹੀ ਜਾਂਦਾ। ਅੱਜ ਤਾਂ ਇੱਕ ਵੀ ਬੰਦਾ ਖਾਲੀ ਨਹੀਂ ਗਿਆ ਗੁਰੂ ਨਾਨਕ ਦੇ ਘਰੋਂ, ਸਭ ਦੀਆਂ ਆਸਾਂ ਉਮੀਦਾਂ ਪੂਰੀਆਂ ਹੋਈਆਂ। ਸੋ ਸਾਧ ਸੰਗਤ ਜੀ, ਭਾਈ ਤਾਰੂ ਸਿੰਘ ਜੀ ਦੱਸਣਗੇ। ਪੈਂਤੀ ਦਿਨ ਪੜੋ ਪਾਠ। ਤਲਵੰਡੀ ਰਾਏ ਪੋਏ ਕੀ ਪਇਓ, ਹਾਂ ਹੁਣ ਦੱਸ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਅਵਤਾਰ ਕਿੱਥੇ ਧਾਰਿਆ, ਕੱਤਕ ਸੁਦੀ ਪੂਰਨਮਾਸ਼ੀ ਨੂੰ ਰਾਏ ਭੋਏ ਦੀ ਤਲਵੰਡੀ 'ਚ। ਹਾਂਜੀ, ਤਾਹਾਂ ਜਨਮ ਗੁਰ ਨਾਨਕ ਲਿਓ, ਇਹ ਉਹ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੀ ਜਿੱਥੇ ਪਾਤਸ਼ਾਹ ਆਪ ਅਵਤਾਰ ਧਾਰ ਕੇ ਆਏ ਹਨ। ਬਹੁਤ ਬਾਲਕੁਨ ਦਰਸ ਕਰ ਲਿਓ, ਹਾਂ ਬਾਲ ਅਵਸਥਾ ਵਿੱਚ ਹੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਵੀ ਨਿਹਾਲ ਹੋ ਗਏ, ਉਹਨਾਂ 'ਚੋਂ ਸਭ ਤੋਂ ਜ਼ਿਆਦਾ ਵਰਸਾਏ ਗਏ ਰਾਏ ਬੁਲਾਰ ਜੀ। ਹਾਂਜੀ, ਜਿਸ ਤੇ ਵਜ਼ੀਰ ਦਿੱਲੀ ਕੋ ਪਇਓ, ਰਾਏ ਬੁਲਾਰ ਦੇ ਉੱਤੇ ਬਹੁਤ ਕਿਰਪਾ ਹੋਈ। ਰਾਏ ਬੁਲਾਰ ਦਾ ਇੱਕ ਬੇਟਾ ਵਜ਼ੀਰ ਆਜ਼ਮ ਹਿੰਦੁਸਤਾਨ ਦਾ ਸਭ ਤੋਂ ਵੱਡਾ ਵਜ਼ੀਰ ਬਣਿਆ ਬਾਦਸ਼ਾਹ ਦਾ। ਰਾਏ ਬੁਲਾਰ ਦਾ ਬੇਟਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ। ਹਾਲਾਂਕਿ ਉਹ ਵੈਸੇ ਤਾਂ ਜ਼ਿਮੀਦਾਰ ਸਨ ਤਗੜੇ, ਯਾਨੀ ਕਿਤੇ ਲਿਖਿਆ ਵੀ 84 ਪਿੰਡਾਂ ਦੇ ਮਾਲਕ ਸਨ ਜਾਂ ਇਸ ਤੋਂ ਹੋਰ ਵੀ ਜ਼ਿਆਦਾ ਪਿੰਡਾਂ ਦੇ ਮਾਲਕ ਸਨ, ਤਗੜੇ ਰਾਜੇ ਸਨ ਇੱਕ ਤਰ੍ਹਾਂ ਦੇ ਇਲਾਕੇ ਦੇ, ਪਰ ਐਡੇ ਵੱਡੇ ਵੀ ਨਹੀਂ ਸਨ ਵੀ ਹਿੰਦੁਸਤਾਨ ਦੇ ਵਜ਼ੀਰ ਦੇ ਅਹੁਦੇ ਤੱਕ ਜਾਣ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ, ਉਹ ਰਾਏ ਬੁਲਾਰ ਦਾ ਬੇਟਾ ਵਜ਼ੀਰ ਆਜ਼ਮ ਹਿੰਦੁਸਤਾਨ ਦੇ ਬਾਦਸ਼ਾਹ
ਲੋਧੀ ਬਾਦਸ਼ਾਹ ਦਾ ਉਹ ਵਜ਼ੀਰ ਬਣਿਆ। ਹਾਂਜੀ ਹੁਣ ਪੀਥੇ ਕੁਛ ਕੱਚ ਸਤਿਗੁਰ ਜਾਣੇ, ਉਹ ਜਿਹੜਾ ਪਿਤਾ ਸੀਗਾ ਰਾਏ ਬੁਲਾਰੂ ਤਾਂ ਗੁਰੂ ਪਾਤਸ਼ਾਹ ਦਾ ਬਹੁਤ ਸ਼ਰਧਾਲੂ ਸੀ, ਉਹਦਾ ਪੁੱਤਰ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਰਾਏ ਬੁਲਾਰ ਦੇ ਬੇਟੇ ਨੂੰ ਵੀ ਸਮਝ ਸੀ ਕਿ ਇਹ ਮਹਾਂਪੁਰਸ਼ ਹਨ, ਉਹਨੂੰ ਸ਼ਰਧਾ ਸੀ ਦੋਵਾਂ ਪਿਓ ਪੁੱਤਰਾਂ ਨੂੰ। ਉਹ ਬਚਪਨ 'ਚ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਰਿਹਾ ਰਾਏ ਬੁਲਾਰ ਦਾ ਬੇਟਾ, ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਉਹ ਹਿੰਦੁਸਤਾਨ ਦਾ ਵਜ਼ੀਰ ਬਣਿਆ। ਹਾਂਜੀ ਸੋ ਦਿੱਲੀ ਮੰਡੀ ਪੋਏ ਰਾਣੇ, ਉਹ ਦਿੱਲੀ ਦੇ ਵਿੱਚ ਵਜ਼ੀਰ ਬਣੇ, ਉੱਥੇ ਉਹਨਾਂ ਦਾ ਸਥਾਨ ਬੜਾ ਵੱਡਾ ਘਰ ਬਾਰ ਬਣਿਆ। ਜਿੱਥੇ ਹਿੰਦੁਸਤਾਨ ਦਾ ਵਜ਼ੀਰ ਬਣੇਗਾ ਉਹ ਦਿੱਲੀ ਦਾ, ਉੱਥੇ ਉਹਦੀ ਮੰਡੀ ਬਣੇਗੀ, ਉਹਦੀ ਘਰ ਬਣੇਗਾ। ਸੋ ਕਹਿੰਦੇ ਇਸ ਤਰ੍ਹਾਂ ਰਾਏ ਭੋਏ ਦੀ ਤਲਵੰਡੀ ਤੋਂ ਉੱਠ ਕੇ ਉਹ ਦਿੱਲੀ ਤੱਕ ਉਹਨਾਂ ਦੀ ਪਹੁੰਚ ਹੋ ਗਈ, ਕਿਰਪਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਦਕਾ। ਹੋ ਲੋਧੀ ਦੌਲਤ ਖਾਂ ਪਠਾਣ, ਤੇ ਦੂਜੀ ਗੱਲ ਸੁਣ ਲਓ ਵੀ ਇੱਕ ਮਹਾਰਾਜ ਦੇ ਨਾਲ ਹੋਰ ਸੰਬੰਧ ਬਣਿਆ ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਬਿਨਾਸੀ, ਭਾਈ ਗੁਰਦਾਸ ਦੇ ਵਾਰਾਂ 'ਚ ਬਚਨ ਆਇਆ। ਦੌਲਤ ਖਾਂ ਲੋਧੀ ਪਠਾਣ ਸੁਲਤਾਨਪੁਰ ਲੋਧੀ ਦਾ ਨਵਾਬ, ਜਿਹਦੇ ਕੋਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੋਦੀਖਾਨੇ ਦੇ ਵਿੱਚ ਲਗਭਗ 20 ਸਾਲ ਮੋਦੀਖਾਨਾ ਚਲਾਇਆ, ਧਰਮ ਦੀ ਕਿਰਤ ਕੀਤੀ ਹੈ। ਫੌਜਦਾਰ ਪੁਰ ਸੁਲਤਾਨ, ਉਹ ਸੁਲਤਾਨਪੁਰ ਦਾ ਫੌਜਦਾਰ ਸੀਗਾ ਲੋਧੀ ਦੌਲਤ ਖਾਨ। ਉਦੋਂ ਲੋਧੀਆਂ ਦਾ ਰਾਜ ਸੀ, ਮੁਗਲਾਂ ਦਾ ਰਾਜ ਬਾਅਦ 'ਚ ਆਇਆ ਬਾਬਰ ਦਾ। ਲੋਧੀ ਪਠਾਣ ਹੁੰਦੇ ਆ, ਮੁਗਲਾਂ ਅਤੇ ਪਠਾਣਾਂ ਦੀ ਬੜੀ ਪੁਰਾਣੀ ਦੁਸ਼ਮਣੀ ਚਲੀ ਆਉਂਦੀ ਹੈ, ਇਸ ਤੋਂ ਵੀ ਕਈ ਸਦੀਆਂ ਪਹਿਲਾਂ ਤੋਂ ਆਪਸ 'ਚ ਲੜਦੇ ਆ। ਕਦੀ ਲੋਧੀਆਂ ਦਾ ਕਬਜ਼ਾ ਹੋ ਜਾਂਦਾ, ਕਦੀ ਪਠਾਣਾਂ ਦਾ, ਕਦੀ ਮੁਗਲਾਂ ਦਾ। ਇਸ ਤਰ੍ਹਾਂ ਇਹ ਬਾਣੀ ਵਿੱਚ ਵੀ ਪੰਕਤੀ ਆਉਂਦੀ ਨਾ, ਮੁਗਲ ਪਠਾਣਾ ਭਈ ਲੜਾਈ, ਖੁਸ਼ਹਾਲ ਖਾਨ ਖੱਟਕ ਇੱਕ ਪਠਾਣ ਹੋਇਆ, ਉਹਨੇ ਬਹੁਤ ਲੰਮਾ ਚੌੜਾ ਇਤਿਹਾਸ ਵੀ ਲਿਖਿਆ ਆਪਣੀ ਜਾਤੀ ਦਾ ਅਤੇ ਮੁਗਲਾਂ ਦੀ ਲੜਾਈ ਦਾ। ਸੋ ਖਾਲਸਾ ਜੀ, ਇਹ ਉਸ ਵੇਲੇ ਲੋਧੀ ਸੀਗਾ ਦੌਲਤ ਖਾਂ ਲੋਧੀ, ਜਿਹਦੇ ਘਰ ਗੁਰੂ ਨਾਨਕ ਸਾਹਿਬ ਮੋਦੀ ਖਾਨਾ ਚਲਾਇਆ ਕਰਦੇ ਸਨ। ਹੁਣ ਕੇ ਮੋਦੀ ਸਤਿਗੁਰ ਭੈ, ਉਹਨਾਂ ਦੇ ਕੋਲ ਮੋਦੀ ਜਾ ਕੇ ਲੱਗੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਫੌਜਦਾਰ ਲੋਧੀ ਦੌਲਤ ਖਾਂ ਦੇ ਕੋਲ ਸੁਲਤਾਨਪੁਰ ਸਾਹਿਬ ਵਿਖੇ। ਕਲਾ ਧਾਰ ਉਸਨੇ ਲਖ ਲੈ, ਉਹ ਜਿਹੜਾ ਦੌਲਤ ਖਾਂ ਸੀ ਉਹਨੂੰ ਵੀ ਸਮਝ ਆਈ, ਭਾਵੇਂ ਲੇਟ ਆਈ। ਕਦੋਂ ਆਈ? ਜਦੋਂ ਗੁਰੂ ਨਾਨਕ ਸਾਹਿਬ ਵੇਈ ਨਦੀ 'ਚੋਂ ਬਾਹਰ ਨਿਕਲ ਕੇ ਐਲਾਨ ਕੀਤਾ ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਕਹਿਣ ਲੱਗਾ ਜੇ ਹਿੰਦੂ ਮੁਸਲਮਾਨ ਦਾ ਤੁਹਾਡੀ ਨਿਗਾਹ 'ਚ ਵਿਤਕਰਾ ਨਹੀਂ ਤਾਂ ਮੇਰੇ ਨਾਲ ਆ ਕੇ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਚਲੋ, ਮਸੀਤ ਵਿੱਚ ਚਲੇ ਗਏ। ਹਿੰਦੂਆਂ ਨੂੰ ਫਿਕਰ ਪੈ ਗਿਆ ਅੱਜ ਨਾਨਕ ਮੁਸਲਮਾਨ ਬਣ ਜਾਏਗਾ। ਜਦੋਂ ਨਮਾਜ਼ ਪੜ੍ਹਨ ਲੱਗੇ ਮਹਾਰਾਜ ਖੜ੍ਹੇ ਰਹੇ। ਬਾਅਦ ਵਿੱਚ ਦੌਲਤ ਖਾਂ ਕਹਿੰਦਾ ਤੁਸੀਂ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਨੀ ਸੀ? ਕਹਿੰਦਾ ਜੀ ਕਾਜੀ ਸਾਹਿਬ ਨਾਲ। ਮਹਾਰਾਜ ਕਹਿੰਦੇ ਕਾਜੀ ਸਾਹਿਬ ਹੋਰੀ ਮੌਲਵੀ ਸਾਹਿਬ ਹੋਰੀ ਅਤੇ ਆਪਣੇ ਘਰ 'ਚ ਨਾ ਘੋੜੀ ਸੂਈ ਹੋਈ ਆ, ਉਹਦਾ ਵਛੇਰਾ ਪਿੱਥੇ ਕਿਤੇ ਟੋਏ 'ਚ ਨਾ ਡਿੱਗ ਪਏ, ਉਸ ਫਿਕਰ 'ਚ ਸੀਗੇ। ਇਹਨਾਂ ਨੂੰ ਨਮਾਜ਼ ਧਿਆਨ ਹੀ ਕੋਈ ਨਹੀਂ, ਇਹਦੇ ਆਪਣੇ ਵਛੇਰੇ ਪਿੱਛੇ ਫਿਰਦੇ ਸੀਗੇ। ਦੌਲਤ ਖਾਂ ਕਹਿੰਦਾ ਮੇਰੇ ਨਾਲ ਪੜ੍ਹ ਲੈਣਾ ਸੀ। ਮਹਾਰਾਜ ਕਹਿੰਦੇ ਤੇਰੇ ਨਾਲ ਕੀ ਪੜ੍ਹਦੇ, ਤੂੰ ਕਾਬਲ ਘੋੜੇ ਖਰੀਦਣ ਗਿਆ ਹੋਇਆ ਸੀ। ਮੌਲਵੀ ਦੇ ਦਿਲ ਦੀ ਵੀ ਜਾਣ ਲਈ ਅਤੇ ਦੌਲਤ ਖਾਂ ਦੀ ਦੋਵੇਂ ਚਰਨਾਂ 'ਤੇ ਢਹਿ ਪਏ। ਫਿਰ ਦੌਲਤ ਖਾਂ ਮੁਰੀਦ ਬਣ ਗਿਆ ਗੁਰੂ ਸਾਹਿਬ ਦਾ, ਅਤੇ ਮਹਾਰਾਜ ਆ ਕੇ ਸ਼ਮਸ਼ਾਨ ਭੂਮੀ 'ਚ ਡੇਰਾ ਲਾ ਲਿਆ। ਦੌਲਤ ਖਾਂ ਦੀਆਂ ਦੋ ਬੇਗਮਾਂ ਸਨ, ਬੱਚਾ ਕੋਈ ਨਹੀਂ ਸੀ। ਉਹ ਕਹਿਣ ਲੱਗੀਆਂ ਤੁਹਾਡੇ ਮੋਦੀ ਦੀ ਬੜੀ ਸ਼ੋਭਾ ਸੁਣੀ ਹੈ, ਨਾਨਕ ਦੀ ਕਹਿੰਦੇ ਔਲੀਆ ਅਵਤਾਰ ਹੈ, ਤੁਸੀਂ ਆਪ ਕਹਿੰਦੇ ਹੋ, ਅਤੇ ਖਾਨ ਸਾਹਿਬ ਜੇ ਸਾਨੂੰ ਇਜਾਜ਼ਤ ਦਿਓ ਅਸੀਂ ਜਾ ਕੇ ਪੀਰ ਨਾਨਕ ਕੋਲੋਂ ਪੁੱਤਰ ਦੀ ਦਾਤ ਮੰਗੀਏ। ਉਹ ਦੋਵੇਂ ਬੇਗਮਾਂ ਦੌਲਤ ਖਾਂ ਦੀਆਂ ਸਤਿਗੁਰੂ ਨਾਨਕ ਸਾਹਿਬ ਕੋਲ ਜਦੋਂ ਆਈਆਂ ਤਾਂ ਸਤਿਗੁਰੂ ਪਾਤਸ਼ਾਹ ਜਿੱਥੇ ਬੈਠੇ ਸੀ ਅਤੇ ਮਲੇ ਬੇਰ ਸਨ, ਛੋਟੇ ਛੋਟੇ ਹੁੰਦੇ ਆ ਉਹ, ਉਹਦੇ ਨਾਲ ਚਾਰ ਬੇਰ ਤੋੜੇ, ਇੱਕ ਦੋ ਇੱਕ ਨੂੰ ਦੇ ਦਿੱਤੇ, ਦੋ ਇੱਕ ਨੂੰ ਦਿੱਤੇ, ਜਾਓ
ਤੁਹਾਡੇ ਘਰ ਦੋ ਦੋ ਪੁੱਤਰ ਹੋਣਗੇ, ਉਹਨਾਂ ਦੇ ਨਾਮ ਜਾਲੀਦੀਨ, ਜੌਲਦੀਨ, ਸ਼ਮਸਦੀਨ ਆਦਿਕ ਰੱਖ ਦੇਣੇ, ਨਾਂ ਵੀ ਪਹਿਲਾਂ ਹੀ ਦੱਸਤੇ। ਉਹ ਚਾਰੇ ਲੜਕੇ ਬਦੌਲਤ ਖਾਂ ਦੇ ਜਦੋਂ 15-15, 16-16 ਸਾਲ ਦੇ ਪੜ੍ਹ ਲਿਖ ਕੇ ਉਹ ਹਿੰਦੁਸਤਾਨ ਦੇ ਬਾਦਸ਼ਾਹ ਲੋਧੀ ਬਾਦਸ਼ਾਹ ਦੇ ਕੋਲ ਜਾ ਕੇ ਵੱਡੇ ਅਫਸਰ ਲੱਗ ਗਏ। ਉਹਨਾਂ ਦੀ ਕਥਾ ਹੁਣ ਆਰੰਭ ਹੋਣੀ, ਅਗਲੇ ਪ੍ਰਕਰਣਾਂ 'ਚ ਆਪਾਂ ਸੁਣਨੀ ਹੈ। ਭਾਈ ਤਾਰੂ ਸਿੰਘ ਜੀ ਦੱਸ ਰਹੇ ਹੈ ਅਤੇ ਸਾਧ ਸੰਗਤ ਜੀ ਇਤਿਹਾਸ ਕਿਸ ਤਰ੍ਹਾਂ ਮੁਗਲਾਂ ਨੂੰ ਰਾਜ ਆਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਵੇਂ ਮੁਗਲ ਬਾਬਰ ਨੂੰ ਵਰ ਦਿੱਤਾ ਅਤੇ ਨਾਲ ਆਉਣ ਵਾਲੇ ਸਮੇਂ ਦੀਆਂ ਨਸੀਹਤਾਂ ਵੀ ਕੀਤੀਆਂ, ਉਹ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ।